ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਲੈਣ ਵਾਸਤੇ ਆਇਆ ਤੇ ਬਾਦਸ਼ਾਹ ਕਹਿੰਦੇ ਜਿਹੜੇ ਲਾਹਾ ਲੈਣ ਵਾਸਤੇ ਆਇਆ ਭਾਈ ਉਹ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਵੀ ਲੈਣਾ ਰਹਿ ਗਿਆ ਕੋ ਸਪਨਾ ਕਿਉਂਕਿ ਅਸਲੀ ਲਾਹਾ ਤਾਂ ਉਹੀ ਹੈ ਨਾ ਬਾਕੀ ਤਾਂ ਮਹਾਰਾਜ ਜੀ ਕਹਿੰਦੇ ਆਪਣੇ ਕਾਜ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਕੇਵਲ ਪਰਮਾਤਮਾ ਦਾ ਨਾਮ ਜਪਣਾ ਵੀ ਸਾਡੇ ਜੀਵਨ ਜ਼ਿੰਦਗੀ ਦਾ ਅਸਲੀ ਮਨੋਰਥ ਅਸਲੀ ਮਕਸਦ ਅਸਲੀ ਲਾਹਾ ਹੈ ਜੇ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ ਤੇ ਸਾਡਾ ਜੀਵਨ ਸਾਡੀ ਜ਼ਿੰਦਗੀ ਚਾਰ ਗਵਾਇਆ ਹੱਟ ਕੇ ਚਾਰ ਗਵਾਇਆ ਸਭ ਮਹਾਰਾਜ ਜੀ ਕਹਿੰਦੇ ਲੰਘ ਕੇ ਰਹਿਣ ਗਵਾਈ ਸੋਈ ਕੇ ਜਿਸ ਗਵਾਇਆ ਖਾਏ ਇਹ ਜੈਸਾ ਜਨਮ ਹੈ ਕੋਈ ਬਦਲੇ ਹਾਰ ਥੱਲੇ ਗੁਰਮੁਖ ਜਗ ਜੀਤਾ ਜਿਹੜੇ ਗੁਰਮੁਖ ਦੇ ਰੱਬ ਦੇ ਪਿਆਰੇ ਉਹ ਜੀਵਨ ਦੀ ਬਾਜੀ ਨੂੰ ਜਿੱਤ ਕੇ ਲੋਕ ਸੁਖੇ ਪਰਲੋਕ ਸੇਵੇ ਕਰਕੇ ਆਪਣੇ ਮਾਲਕ ਦੇ ਚਰਨਾਂ ਦਾ ਆਨੰਦ ਮਾਣਦਾ ਇਸੇ ਹੀ ਮਾਤਾ ਸਤਿਕਾਰ ਜੋ ਮਾਤਾ ਮਸਤਾਨ ਕੌਰ ਜੀ ਜਿਹਨਾਂ ਦੀ ਬਹੁਤ ਵੱਡੀ ਦੇਣ ਆਪਣੇ ਪਰਿਵਾਰ ਨੂੰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਵਿੱਚ ਸਿੱਖੀ ਦੇਣ ਵਾਲੇ ਬੜੇ ਲੋਕ ਨੇ ਬੜਾ ਕੁਛ ਛੱਡਣ ਵਾਲੇ ਨੇ ਪਰ ਸਿੱਖੀ ਛੱਡ ਕੇ ਜਾਣੀ ਇਹ ਹਰ ਇੱਕ ਦੇ ਹਿੱਸੇ ਵਿੱਚ ਗੱਲ ਨਹੀਂ ਆਉਂਦੀ ਉਹ ਇਹਨਾਂ ਦੇ ਹਿੱਸੇ ਵਿੱਚ ਗੱਲ ਆਈ ਮਾਤਾ ਮਸਤਾਨ ਕੌਰ ਜਿਹਨਾਂ ਦਾ ਸਾਰਾ ਪਰਿਵਾਰ ਗੁਰੂ ਨਾਨਕ ਭਾਈ ਸਾਹਿਬ ਭਾਈ ਤਰਿੰਦਰ ਸਿੰਘ ਜੀ ਔਰ ਦੂਸਰੇ ਘਰ ਦਾ ਹੋਰ ਸਾਰੇ ਬੱਚੇ ਬੱਚੀ ਬੱਚਿਆਂ ਦੇ ਸਤਿਗੁਰੂ ਦੀ ਬੜੀ ਕਿਰਪਾ ਬਾਣੀ ਮਹਾਨ ਬਖਸ਼ਿਸ਼ ਹੈ ਕਿ ਜਿਹੜੀ ਸਾਰੀ ਦੇਣ ਦੇ ਕਰ ਜੋੜ ਕੋ ਅਰਦਾਸ ਤੁਧ ਭਾਵੈ ਤਿਆਣੇ ਰਾਸ ਵਿਰਥੀ ਕਦੇ ਨਾ ਹੋਵਈ ਜਾਨਕੀ ਅਰਦਾਸ ਜਿਸ ਨੂੰ ਆਖੀ ਹੈ ਬਿਨ ਪੁੱਛਿਆ ਹੀ ਲੈ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਤਿਕਾਰ ਯੋਗ ਮਾਤਾ ਮਸਤਾਨ ਕੌਰ ਜੀ ਜੋ ਕਿ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕਰ ਸੰਸਾਰ ਤੇ ਭੇਜਣਾ ਕੀਤਾ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਅਰਥ ਕਰਦੇ ਹੋਏ ਨਾਮ ਸਿਮਰਨ ਸੇਵਾ ਨਿਭਾਉਂਦੇ ਹੋਏ ਕੁਛ ਰੋਜ਼ ਤੋਂ ਲੈ ਕਰ ਆਪ ਜੀ ਦੇ ਹੁਕਮੇ ਅੰਦਰ ਅਕਾਲ ਚਲਾਣੇ ਕਰ ਗਏ ਸਨ ਪਾਤਸ਼ਾਹ ਜੀ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੀ ਸੰਪਨਾ ਦਿਨ ਸਤ ਹਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਮਾਤਾ ਜੀ ਗੁਰਸਿੱਖੀ ਜੀਵਨ ਵਾਲਾ ਅਪੀਲ ਕਰਕੇ ਸਾਨੂੰ ਸਾਰਿਆਂ ਸਰੀਰ ਵਿਛੋੜਾ ਦੇ ਕੇ ਗਏ ਨੇ ਮਾਤਾ ਜੀ ਆਪਣੇ ਪਿੱਛੇ ਬਹੁਤ ਵੱਡਾ ਇੱਕ ਫੁਲਵਾੜੀ ਗੁਰਦਾਸਤਾ ਛੱਡ ਕੇ ਗਏ ਨੇ ਉਹਨਾਂ ਦੇ ਚਾਰੋਂ ਪੁੱਤਰ ਸਰਦਾਰ ਹਜਾ ਸਿੰਘ ਜੀ ਸਰਦਾਰ ਜਾਗਵਿੰਦਰ ਸਿੰਘ ਜੀ ਪ੍ਰਧਾਨ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਉਹ ਆਪਣੀ ਸੇਵਾ ਨਿਭਾ ਰਹੇ ਹਨ ਪਰਮਿੰਦਰ ਸਿੰਘ ਜੀ ਜੋ ਖੇਤੀਬਾੜੀ ਦੇ ਵਿੱਚ ਆਪਣੀ ਸੇਵਾ ਕਰ ਰਹੇ ਨੇ ਤੇ ਗੁਰਦਾਸਰ ਸਿੰਘ ਜੀ ਗਾਂਧੀ ਜਨ ਸਕੱਤਰ ਸ਼੍ਰੋਮਣੀ ਅਕਾਲੀ ਦਲ ਜਿੱਥੇ ਰਾਜਨੀਤਿਕ ਉੱਥੇ ਧਾਰਮਿਕ ਆਪਣੀ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਸੇਵਾ ਆਪਣੀ ਨਿਭਾ ਰਹੇ ਹਨ ਉਹਨਾਂ ਦੀ ਬੇਟੀ ਬੀਬੀ ਸੁਖਵਿੰਦਰ ਕੌਰ ਢਿੱਲੋਂ ਦਾਮਾਦ ਸਰਦਾਰ ਰਵਿੰਦਰ ਸਿੰਘ ਜੀ ਕਿੰਨੀ ਢਿੱਲੋਂ ਜੋ ਪ੍ਰਧਾਨ ਨੇ ਬੀਜੇਪੀ ਦੇਹਾਤੀ ਪਟਿਆਲਾ ਦੇ ਮੇਰੀ ਵੱਡੀ ਭੈਣ ਮਸਤਾਨ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਰਿਸ਼ਤੇਦਾਰ ਸਾਖ ਸੰਬੰਧੀ ਵੱਖੋ ਵੱਖ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਸੱਜਣ ਉਚੇਚੇ ਤੌਰ ਤੇ ਆਪਾਂ ਸਭ ਨੇ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਬੇਨਤੀ ਕੀਤੀ ਹੈ ਕਿ ਪਿਛਲੀ ਆਤਮਾ ਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜਿਹੜੇ ਤੋਂ ਭਗਤ ਜਨ ਜਾਂ ਦਾਤਾ ਜਾਂ ਸੂਤ ਵਰਨਾ ਜਿਨੀ ਵੱਧ ਰਹੇ ਕਿਉਂ ਗਵਾਵੇ ਨੂੰ ਜੇ ਪੈਦਾ ਕਰੇ ਦਾਦੀ ਪੈਦਾ ਕਰੇ
सुरमे पैदा करे, लोगों की सेवा करना पैदा करे। ये माता के चारे पुत्र ते मेरी भैन सुखविंदर एक यह परिवार की गई है कि लोग परिवार च जिहड़ा परिवार बेदाग परिवार आ, लोगों की सेवा करने वाला परिवार आ। प्यारे वीरो, इस परिवार के साथ मेरी बहुत वड्डी सांझ आ। गुरु दी अक्सर करो उन्हां कोल मैं बैठना, वह मैनू सुनांदे सी समय दी भी घाट है, जे उन्हां दे बारे किताब भी लिखी जा सके तां वह भी घाट है। मैनू इकबाल दा शेर याद आ रहा है, बहुत शौक से सुन रहा था जमाना, बहुत शौक से सुन रहा था जमाना, तू ही सो गए दास्तां कहते कहते। अब करना एहो जिहां भी बहुत होंदियां ने जो सिक्ख्या अपने परिवार नूं अपने बच्चियां नूं दिंदियां ने कि किसी दे लई किसी दा झमेला अपने गल ना कदे पायो, यह जी सिक्ख्या भी दिंदियां ने माता। पर माता जी ने अपने परिवार नूं जो सिक्ख्या दित्ती कि जेकर अपना बिगाड़ के किसी दा सवार सके तो सवारियो, किसी दा दुख घटाउण दे लई जे दुख आप नूं ते आ जाए तो परवाह ना मन्नियो। पर माता मस्तान कौर जी का जीवन जो पिछले कुछ समय विच असी उस नूं परखिया है, बेटी का ब्याह सी, जिस वेले माता जी नूं कुछ कहंदे असी कुछ करना है, माता जी दी ताड़ना असी कुछ नहीं करना, असी कुछ नहीं लेना, कुछ भी खर्चा नहीं करना, कोई नजायज कर्म नहीं करना। उन्हां ने सिक्खी नूं मुख रख के हर एक कर्म नूं कदम नूं अगे रख के उन्हां ने इह जिहड़ा कार्ज सी उस नूं सफल कीता है। होर सेवा कर तां जो माता दा नाम होर भी उच्चा हो सके। इन्ना कुछ कहना होया इसे समाप्ति। वाहिगुरु जी का खालसा, वाहिगुरु जी। ਪਰਿਵਾਰ ਕਿੰਨਾ ਅੱਛਾ ਸੀ, ਮਾਤਾ ਜੀ ਕਿੰਨੇ ਅੱਛੇ ਸੀ, ਵੀ ਹਰ ਇੱਕ ਆਪਣਾ ਉਹਨਾਂ ਨੂੰ ਕਹਿਣਾ ਚਾਹੁੰਦਾ। ਮੇਰਾ ਵੀ ਇਸ ਪਰਿਵਾਰ ਨਾਲ ਬਾਗਿਆਂ ਤੋਂ ਬਾਅਦ ਯਾਦਵਿੰਦਰ ਸਿੰਘ ਹੋਰੇ, ਪ੍ਰਦੀਪ ਹੋਰੇ, ਅਤੇ ਉੱਥੇ ਕਈ ਵਾਰੀ ਤਾਂ ਮੈਂ ਦੇਖਿਆ ਸੰਸਕਾਰ 'ਤੇ ਵੀ ਪਹੁੰਚਿਆ ਜਾਂਦਾ, ਉਹਨਾਂ ਲੋਕਾਂ ਤੋਂ ਭੋਗ 'ਤੇ ਵੀ ਨਹੀਂ ਆਇਆ ਜਾਂਦਾ, ਆਪਣੇ ਸੇਵਿਆਂ ਦੀ ਰਾਤ ਆਪਣੇ ਮਾਤਾ ਪਿਤਾ ਵੀ ਬੋਲਦੇ ਆ। ਅਤੇ ਮੈਂ ਬਹੁਤ ਕੁਛ ਕਹਿ ਗਿਆ ਇਹਨਾਂ ਛੋਟੀਆਂ ਗੱਲਾਂ ਕੁੜੀਆਂ ਦੀਆਂ ਗੱਲਾਂ ਦੇ ਵਿੱਚ, ਅਤੇ ਮੈਂ ਚਾਹੁੰਦਾ ਇਹੋ ਜਿਹੀ ਮਾਤਾ ਹਰ ਘਰ ਦੇ ਵਿੱਚ ਹੋਵੇ। ਪਰਮਾਤਮਾ ਕਰੇ ਇਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ, ਪਰ ਇਹਨਾਂ ਦੀ ਸੋਚ ਹਰ ਪਰਿਵਾਰ 'ਚ ਹੋਵੇ ਤਾਂ ਕਿ ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਪੰਜਾਬ ਨੂੰ, ਆਪਣੇ ਦੇਸ਼ ਨੂੰ ਸੋਹਣਾ ਬਣਾ ਸਕੀਏ। ਘੱਟੋ ਘੱਟ ਜੇ ਬੋਲਦੇ ਹੋ ਪਹਿਲਾਂ ਕਦੇ ਪੀ ਕਿਸੇ ਦੇਖੀ ਪਹਿਲੀ ਵਾਰ ਫਿਰ ਹੁਣ ਜੀਰੀ ਗੀਰੀ ਲੈਣ ਤੋਂ ਮੈਂ ਬੱਚੀ ਦੀ
ਭੇਜਣਾ। ਟਾਈਮ ਬਹੁਤ ਲੈਂਦਾ, ਹਾਂ ਭੁੱਖਾ ਲਾ। ਭਗਤ ਰੱਬ ਦੇ ਪਿਆਰਿਆਂ ਨੇ ਇੱਕ ਸ਼ਾਹੂਕਾਰ ਨੂੰ ਪੁੱਛਿਆ, ਕਹਿੰਦੇ ਓ ਦੱਸ ਤੇਰੀ ਇੰਨੀ ਉਮਰ ਹੋ ਗਈ ਹੈ, ਕਦੇ ਨਾਮ ਜਪਿਆ? ਕਹਿੰਦਾ ਜੀ ਨਾ। ਕਹਿੰਦੇ ਕੋਈ ਭਜਨ ਬੰਦਗੀ? ਕਹਿੰਦਾ ਨਾ। ਕਹਿੰਦੇ ਕੋਈ ਚੰਗਾ ਕਰਮ? ਕਹਿੰਦੇ ਨਾ। ਕਹਿੰਦੇ ਅੱਜ ਤੋਂ 8 ਦਿਨਾਂ ਬਾਅਦ ਜਿਹੜਾ ਸਮਾਂ ਉਹਨੇ ਮਹਾਂਪੁਰਖਾਂ ਦੇ ਨਾਲ ਬਤੀਤ ਕੀਤਾ, ਉਹੀ ਸਮਾਂ ਉਹਨੂੰ ਸਤਖੰਡ ਲੈ ਗਿਆ, ਉਹਨੂੰ ਨਰਕਾਂ ਚ ਵੀ ਨਾ ਜਾਣ ਦਿੱਤਾ। ਸਕਦੇ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ, ਜਿਹੜਾ ਬਾਣੀ ਪੜ੍ਹਦਾ ਹੈ, ਜਿਹੜਾ ਸੇਵਾ ਗੁਰੂ ਦੀ ਸੰਗਤ ਕਰਦਾ ਹੈ, ਜਿਹੜਾ ਬਾਣੀ ਪੜ੍ਹਦਾ ਹੈ, ਜਿਹੜਾ ਸੇਵਾ ਸਿਮਰਨ ਕਰਦਾ ਹੈ, ਜਿਹੜਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਨਾ, ਮਹਾਰਾਜ ਕਹਿੰਦੇ ਉਹਦਾ ਦੁਨੀਆਂ ਤੇ ਆਇਆ ਸਫਲ ਹੈ। ਆਇਆ ਸਫਲ ਤਾਹੂ ਕੋ ਗਣੀਏ। ਜਾਵੇ ਕਿਸੇ ਕਿਹੜੇ ਦੇ ਵਿੱਚ ਦਰਵਾਜ਼ਾ ਹੋਵੇ ਇੱਕ ਖੁੱਲਾ, ਤੇ ਉਹ ਵੀ ਅੱਖਾਂ ਬੰਦ ਕਰਕੇ ਅੰਨਾ ਹੋਣ ਕਰਕੇ ਲੰਘ ਗਿਆ, ਬਸ ਉਹ ਕਿਹੜੇ ਦੇ ਵਿੱਚ ਹੀ ਗੇੜੇ ਖਾਂਦਾ ਫਿਰਦਾ ਹੈ। ਇਸੇ ਤਰ੍ਹਾਂ ਇਹ ਜੀਵ ਆਪਣੇ ਮਾੜੇ ਕਰਮਾਂ ਕਰਕੇ 84 ਲੱਖ ਜੂਨਾਂ ਜੀਤ ਰਿਹਾ ਫਿਰਦਾ ਹੈ। ਖੁਦ ਸਤਨਾਮ, 84 ਲੱਖ ਜੂਨਾਂ ਵਿੱਚ ਜੀਤ ਰਿਹਾ ਫਿਰਦਾ ਹੈ। ਪਰ ਹੋਵੇ ਕਿਹੜਾ ਜਿਹੜਾ ਇਹਦੀ ਬਾਂਹ ਫੜੇ ਤੇ ਰਸਤਾ ਹੁੰਦਾ? ਗੁਰੂ ਤੋਂ ਬਗੈਰ ਸਾਨੂੰ ਕੋਈ ਰਸਤਾ ਵਿਖਾਉਣ ਵਾਲਾ ਨਹੀਂ। ਤੇ ਜਦੋਂ ਸਮਾਂ ਸੀ ਅਸੀਂ ਉਦੋਂ ਗੁਰੂ ਦੇ ਨੇੜੇ ਨਾ ਆਇਆ। ਖੁਦ ਸਤਨਾਮ, ਸਤਿਗੁਰ ਸੱਚੇ ਪਾਤਸ਼ਾਹ ਪਰਮੇਸ਼ਰ ਨੇ ਸਾਨੂੰ ਸੱਦੇ ਭੇਜਿਆ ਤੇ ਅਸੀਂ ਆਏ ਹਾਂ, ਤੇ ਜਦੋਂ ਉਹਦਾ ਬੁਲਾਵਾ ਜਦੋਂ ਦਾ ਸੱਦਾ ਆ ਗਿਆ ਉਦੋਂ ਸਾਨੂੰ ਜਾਣਾ ਹੀ ਪੈਂਦਾ ਹੈ। ਜਿਵੇਂ ਮਾਤਾ ਮਸਤਾਨ ਕੌਰ ਜੀ ਜਿਹਨੇ ਪਰਮੇਸ਼ਰ ਨੇ ਸਵਾਸ ਬਖਸ਼ੇ, ਉਮਰ ਬਖਸ਼ੀ, ਉਹਨਾਂ ਨੂੰ ਭੋਗਦੇ ਹੋਏ ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲ ਬਣਾਉਣਾ ਕੀਤਾ ਹੈ। ਆਓ ਆਪਣੇ ਸਤਿਕਾਰਯੋਗ ਮਾਤਾ ਮਸਤਾਨ ਕੌਰ ਜੀ ਜਿਨ੍ਹਾਂ ਨੇ ਆਪਣੇ ਜੀਵਨ ਜ਼ਿੰਦਗੀ ਦੇ ਵਿੱਚ ਸਾਧ ਸੰਗ ਜੀ ਆਪਾਂ ਕਹਿੰਦੇ ਹਾਂ ਸੰਸਾਰ ਜਗਤ ਤੇ ਜਾ ਕੇ ਜੇ ਕਿਸੇ ਨੇ ਕੁਛ ਖੱਟਿਆ ਹੈ ਤੇ ਮਹਾਰਾਜ ਵੀ ਕਹਿੰਦੇ ਜੇ ਭਾਈ ਤੂੰ ਆਪਣੀ ਕੋਈ ਔਲਾਦ ਦੇ ਵਾਸਤੇ ਛੱਡਣਾ ਵੀ ਹੈ ਨਾ, ਉਹ ਆਹੀ ਇੱਕੋ ਇੱਕ ਜੋ ਮਾਤਾ ਮਸਤਾਨ ਕੌਰ ਨੇ ਆਪਣੇ ਪਰਿਵਾਰ, ਕਿਉਂਕਿ ਸੰਤ ਸੇਵੀ ਪਰਿਵਾਰ ਹੈ ਜਿਨ੍ਹਾਂ ਦੇ ਮਹਾਂਪੁਰਸ਼ਾਂ ਦੇ ਨਾਲ ਵਾਹ ਪੈ ਜਾਏ, ਜਿਨ੍ਹਾਂ ਨੂੰ ਮਹਾਂਪੁਰਸ਼ਾਂ ਦਾ ਸੰਗ ਹੋ ਜਾਏ, ਜੈਸੇ ਬਾਬਾ ਭਗਵਾਨ ਸਿੰਘ ਜੀ। ਭਾਈ ਸਾਹਿਬ ਬੇਨਤੀ ਕਰਕੇ ਸਤਿਗੁਰ ਸਾਡੇ ਤੇ ਵੀ ਕਿਰਪਾ ਕਰੋ, ਬਖਸ਼ਿਸ਼ ਕਰੋ ਰੱਬ ਦੇ ਪਿਆਰਿਆਂ ਦਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ
ਐਸੇ ਰੱਬ ਦੇ ਪਿਆਰਿਆਂ ਦਾ ਮਿਲਾਪ, ਸਾਧੂ ਦਾ ਮਿਲਾਪ, ਮਹਾਂਪੁਰਸ਼ਾਂ ਦਾ ਮਿਲਾਪ, ਸਤਿਗੁਰ ਕਿਰਪਾ ਕਰੋ ਸਾਡੇ ਤੇ, ਬਖਸ਼ਿਸ਼ ਕਰੋ, ਸਾਡਾ ਵੀ ਮਿਲਾਪ ਰੱਬ ਦੇ ਪਿਆਰਿਆਂ ਨਾਲ ਹੋ ਜਾਵੇ ਤੇ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਸੀਂ ਕਿਰਪਾ ਕਰਦੇ ਹਾਂ, ਸਾਰਿਆਂ ਨੇ ਗੱਜ ਵੱਜ ਕੇ ਕਿੰਨੇ ਹਿੱਸਿਆਂ ਵਿੱਚ ਬੋਲ ਕੇ ਆਪਣੇ ਰਸਨਾਂ ਨੂੰ ਪਵਿੱਤਰ ਕਰਨਾ ਹੈ। ਕਿਉਂਕਿ ਇਤਿਹਾਸ ਵਿੱਚ ਢਾਈ ਮਾਵਾਂ ਦਾ ਜ਼ਿਕਰ ਹੁੰਦਾ ਹੈ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਬਾਬਾ ਫਰੀਦ ਸਾਹਿਬ ਦੇ ਮਾਤਾ ਜੀ, ਗੋਪੀ ਚੰਦ ਦੇ ਮਾਤਾ ਜੀ, ਧਰੂ ਦੇ ਮਾਤਾ ਜੀ, ਸੰਸਾਰ ਵਿੱਚ ਮਾਤਾਵਾਂ ਬਣੀਆਂ ਨੇ, ਸਤਿਕਾਰਯੋਗ ਨੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣਾ ਜੰਮਣਾ ਤੇ ਮਰਨਾ ਕੱਟ ਲਿਆ ਉਹ ਬਹੁਤ ਘੱਟ ਨੇ। ਗੱਜ ਗਿਆ ਕੋ ਸਤਨਾਮ, ਜੰਮਣਾ ਮਰਨਾ ਤੇ ਕੱਟਿਆ ਕਿਹਨਾਂ ਨੇ ਭਾਈ? ਪਾਤਸ਼ਾਹ ਬਚਨ ਕਰਦਾ ਜੰਮਣ ਮਰਨਾ ਤਿੰਨ ਕੋ, ਉਹਨਾਂ ਦਾ ਜੰਮਣਾ ਮਰਨਾ ਕੱਟਿਆ ਗਿਆ ਜੋ ਹਰ ਲੜ ਲੱਗ ਗਏ, ਜਿਹੜੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਗਏ ਤੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਜੰਮਣਾ ਮਰਨਾ ਕੱਟਿਆ ਗਿਆ। ਗੱਜ ਗਿਆ ਕੋ ਸਤਨਾਮ, ਮਹਾਰਾਜ ਜੀ ਐਸੀ ਕਿਰਪਾ ਕਰ। ਉਹ ਜੰਮਣਾ ਮਰਨਾ ਉਹਨਾਂ ਦਾ ਵੇ, ਜਾਪ ਦੇ ਹਰੀ ਨਾਮ ਨੂੰ, ਜੰਮਣਾ ਮਰਨਾ ਤੇ ਉਹਨਾਂ ਦਾ ਮੁੱਕ ਜਾਵੇ, ਜਾਪ ਦੇ ਹਰੀ ਨਾਮ ਨੂੰ, ਨਾ ਮਰੇ ਨਾ ਉਹਨਾਂ ਦਾ ਪਿਆਰਾ, ਮਰੇ ਨਾ ਉਹਨਾਂ ਦਾ ਮੁੱਕ ਜਾਵੇ, ਜਾਪ ਦੇ ਹਰੀ ਦੇ ਨਾਮ ਮਨੁੱਖਾ ਜਨਮ ਧਾਰਨ ਕਰਕੇ ਸੰਸਾਰ ਇੱਥੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਲੈਣ ਵਾਸਤੇ ਆਇਆ ਤੇ ਪਾਤਸ਼ਾਹ ਕਹਿੰਦੇ ਜਿਹੜੇ ਲਾਹਾ ਲੈਣ ਵਾਸਤੇ ਆਇਆ ਭਾਈ, ਉਹ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਵੀ ਲੈ ਲਾ ਗਿਆ ਤੂੰ ਸਤਨਾਮ, ਕਿਉਂਕਿ ਅਸਲੀ ਲਾਹਾ ਤਾਂ ਉਹੀ ਹੈ ਨਾ। ਬਾਕੀ ਤਾਂ ਮਹਾਰਾਜ ਜੀ ਕਹਿੰਦੇ ਆਪਣੇ ਕਾਜ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ, ਕੇਵਲ ਪਰਮਾਤਮਾ ਦਾ ਨਾਮ ਜਪਣਾ ਵੀ ਸਾਡੇ ਜੀਵਨ ਜ਼ਿੰਦਗੀ ਦਾ ਅਸਲੀ ਮਨੋਰਥ, ਅਸਲੀ ਮਕਸਦ, ਅਸਲੀ ਰਾਹ ਹੈ। ਜੇ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ ਤੇ ਸਾਡਾ ਜੀਵਨ, ਸਾਡੀ ਜ਼ਿੰਦਗੀ ਚਾਰ ਗਵਾਇਆ ਹੱਟ ਕੇ, ਚਾਰ ਗਵਾਇਆ ਸਮੂਹ ਮਹਾਰਾਜ ਜੀ ਕਹਿੰਦੇ ਲੰਘ ਗਏ, ਰਹਿਣ ਗਵਾਈ ਸੋਈ ਕੇ ਦਿਲਸ ਗਵਾਇਆ ਖਾਏ, ਇਹ ਜੈਸਾ ਜਨਮ ਹੈ ਕੋਈ ਬਦਲੇ। ਤੇ ਉਹ ਪਰਮਾਤਮਾ ਦਾ ਨਾਮ ਜਪਣ ਵਾਸਤੇ ਆਏ ਕਿ ਪਰਮਾਤਮਾ
ਦੇ ਨਾਮ ਤੋਂ ਬਿਨਾਂ ਤੇਰਾ ਜਨਮ ਸਾਰਾ ਵਿਅਰਥ ਚਲਿਆ ਗਿਆ। ਗੱਲ ਗਿਆ ਤੋਂ ਸਤਨਾਮ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਪ੍ਰਗਟ ਕਰਦੇ ਆ ਜਿਹਨਾਂ ਨੂੰ ਭਾਈ ਰੱਬ ਦੇ ਪਿਆਰਾਂ ਦਾ ਮਿਲਾਪ, ਜਿਹਨਾਂ ਦੇ ਜੀਵਨ ਜ਼ਿੰਦਗੀ ਵਿੱਚ ਕਹਿੰਦੇ ਸਾਧੂ ਦਾ ਮਿਲਾਪ ਹੋ ਗਿਆ, ਇਹ ਸਤਿਗੁਰੂ ਪਾਤਸ਼ਾਹ ਬਾਬਾ ਫਰੀਦ ਸਾਹਿਬ ਜੀ ਪ੍ਰਗਟ ਕਰਦੇ ਆ। ਫਰੀਦਾ ਭੂਮਰ ਕਾਬਲੀ ਮਾਂਜਵ ਸੁਧਾ ਬਾਗ ਜੋ ਨਰ ਵੀਰ ਨਿਵਾਜਿਆ। ਕਹਿੰਦੇ ਜਿਹਨਾਂ ਨੇ ਮਹਾਂਪੁਰਸ਼ਾਂ ਨੇ ਨਿਵਾਜ ਦਿੱਤਾ, ਜਿਹਨਾਂ ਤੇ ਗੁਰੂ ਨੇ ਕਿਰਪਾ ਕਰਕੇ ਨਿਵਾਜ ਦਿੱਤਾ, ਜਿਹਨਾਂ ਨੇ ਸੰਤਾਂ ਮਹਾਂਪੁਰਸ਼ਾਂ ਨੇ ਨਿਵਾਜ ਦਿੱਤਾ, ਜੀਵਨ ਜ਼ਿੰਦਗੀ ਵਿੱਚ ਉਹਨਾਂ ਨੂੰ ਕਦੇ ਧਰਤੀ ਬਾਣੀ ਦਾ ਵੀ ਰੱਜ ਗਿਆ ਪੁਸਰਨਾ। ਜਨਮ ਤੋਂ ਤਾਂ ਮੈਂ ਰਾਣੀ ਹਾਂ, ਪਰ ਕਰੀਏ ਕੀ, ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਹਾਲ ਤੇ ਹੋ ਗਈ। ਗੱਜ ਗਿਆ ਕੋ ਸਾਡਾ ਖੁਸ਼ਿਆ ਰਾਜ ਭਾਗ
ਸਾਡਾ ਮਾਣ ਸਤਿਕਾਰ ਇਹ ਦੱਸ ਵੀ ਕਿਸ ਤਰੀਕੇ ਨਾਲ ਵਾਪਸ ਆਏਗਾ ਗਾ ਜੀ ਆਖੋ ਸਤਨਾਮ ਇਹ ਵਾਪਸ ਕਿਵੇਂ ਆਏਗਾ ਤੇ ਉਸ ਵੇਲੇ ਉਹ ਸਿਆਣੀ ਮਾਂ ਗੱਲ ਹੈ ਮਾਂ ਦੀ ਇਹ ਸਾਧ ਸੰਗਤ ਜੀ ਜਿਹੜੇ ਹੁਣ ਮਤਲਬ ਇੱਕ ਗੱਲ ਆਪਾਂ ਕਹਿ ਲਈਏ ਭਾਈ ਪ੍ਰਤਾਪ ਜੀ ਦੇ ਮੁਤਾਬਕ ਚਲੋ ਸੁਧ ਚ ਕਹਿ ਦਿੱਤੀ ਕਿ ਜੇ ਉਹੀ ਮਾਂ ਕਹਿੰਦੇ ਕਿ ਕੋਈ ਨੀ ਬੇਟਾ ਤੂੰ ਵੱਡਾ ਹੋਈ ਫਿਰ ਆਪਾਂ ਵੱਡੇ ਹੋ ਕੇ ਫੌਜਾਂ ਇਕੱਠੀਆਂ ਕਰਾਂਗੇ ਤੇ ਫਿਰ ਤੇ ਬਾਪ ਨਾਲ ਜੰਗ ਲੜਾਂਗੇ ਤੇ ਫਿਰ ਆਪਾਂ ਰਾਜ ਭਾਗ ਲਵਾਂਗੇ ਇਹ ਗੱਲ ਨੀ ਕਹੀ ਗੱਲ ਕਿਆ ਕੋ ਸਤਨਾਮ ਤੇ ਉਹ ਧਰੂ ਕਹਿਣ ਲੱਗਿਆ ਮਾਂ ਕਿਸੇ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋ ਬਣ ਬੀਤਾ ਉਹ ਕਹਿੰਦੀ ਮੈਨੂੰ ਇਹ ਦੱਸ ਮਾਂ ਵੀ ਕਿਹੜੇ ਤਰੀਕੇ ਦੇ ਨਾਲ ਸਾਡਾ ਖੁਸਿਆ ਰਾਜ ਭਾਗ ਵਾਪਸ ਆ ਜਾਏ ਤੇ ਫਿਰ ਮਾਂ ਨੇ ਸੁਭ ਸਿੱਖਿਆ ਦਿੱਤੀ ਕੀ ਕਿਹਾ ਪਰਮੇਸ਼ਰਿਆ ਰਾਤੀ ਹੈ ਜਿੱਦੂ ਹੋਈ ਹੈ ਭਗਤ ਪਵਿੱਤਰ ਉਹ ਕਹਿੰਦੀ ਤੂੰ ਪਰਮਾਤਮਾ ਦੀ ਬੰਦਗੀ ਕਹਿੰਦੇ ਫਿਰ ਉਹ ਧਰੂ ਕਹਿੰਦੇ ਬਾਹਰ ਚੱਲਿਆ ਕਰਨ ਤਪ ਇਹ ਮਾਂ ਨੇ ਸਿੱਖਿਆ ਦਿੱਤੀ ਤੇ ਜਦੋਂ ਮਾਂ ਨੇ ਦਿੱਤੀ ਲੋਕ ਸੁਖੇ ਪਰ ਲੋਕ ਸੇਵੇ ਕਰਕੇ ਆਪਣੇ ਮਾਲਕ ਦੇ ਚਰਨਾਂ ਦਾ ਆਨੰਦ ਮਾਣਦਾ ਇਸੇ ਹੀ ਮਾਤਾ ਸਤਿਕਾਰ ਜੋ ਮਾਤਾ ਮਸਤਾਨ ਕੌਰ ਜੀ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਆਪਣੇ ਪਰਿਵਾਰ ਨੂੰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਵਿੱਚ ਸਿੱਖੀ ਆ ਗਾ ਜੀ ਆਪੋ ਸਤਨਾਮ ਜਿਹੜੀ ਜਿਹੜੇ ਦਾਤਾ ਦੇਣ ਵਾਲੇ ਬੜੇ ਲੋਕ ਨੇ ਬੜਾ ਕੁਛ ਛੱਡਣ ਵਾਲੇ ਨੇ ਪਰ ਸਿੱਖੀ ਛੱਡ ਕੇ ਜਾਣੀ ਇਹ ਹਰ ਇੱਕ ਦੇ ਹਿੱਸੇ ਵਿੱਚ ਗੱਲ ਨਹੀਂ ਆਉਂਦੀ ਉਹ ਇਹਨਾਂ ਦੇ ਹਿੱਸੇ ਵਿੱਚ ਗੱਲ ਆਈ ਮਾਤਾ ਮਸਤਾਨ ਕੌਰ ਜਿਹਨਾਂ ਦਾ ਸਾਰਾ ਪਰਿਵਾਰ ਗੁਰੂ ਨਾਲ ਭਾਈ ਸਾਹਿਬ ਭਾਈ ਪ੍ਰਮਿੰਦਰ ਸਿੰਘ ਜੀ ਔਰ ਦੂਸਰੇ ਭਰਾਤਾ ਹੋਰ ਸਾਰੇ ਵੱਡੇ ਵੱਡੀ ਬੱਚਿਆਂ ਦੇ ਸਤਿਗੁਰ ਦੀ ਬੜੀ ਕਿਰਪਾ ਬਾਣੀ ਮਹਾਨ ਬਖਸ਼ਿਸ਼ ਹੈ ਕਿ ਜਿਹੜੀ ਸਾਰੀ ਦੇਣ ਦੇ ਰਾਮ ਕਲੀ ਮਹੱਲਾ ਦੀ ਜਾਨ ਦੀ ਸਤਿਗੁਰ ਰਹੇ ਭਰਪੂਰੇ ਰੰਗ ਨਾਨਕ ਗੁਰ ਚਰਨ ਲਾਜੀ ਲਾਜੀ ਰਾਮਪੁਰੇ ਸੋ ਪਵਨ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਪੋ ਜੀ ਗੁਰੂ ਕੀ ਸੰਗਤ ਸਤਨਾਮ ਵਾਹਿਗੁਰੂ 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 ਸਾਹਿਬ ਜੀ ਦੋਇਮ ਕਰ ਜੋੜ ਗੁਰੂ ਅਰਦਾਸ ਤੁਧ ਭਾਵੈ ਤਾਂ ਆਣੇ ਰਾਸ ਵਿਰਥੀ ਕਦੇ ਨਾ ਹੋਵਈ ਜਾਨਕੀ ਅਰਦਾਸ ਨਾਨਕ ਜੋੜ ਗੋਬਿੰਦ ਕਾ ਪੂਰਨ ਗੁਣਤਾਸ ਪ੍ਰਭ ਪਾਸ ਜਾਨਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਧਿਆਈ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਅੰਗ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਏ ਅਰਜਨ ਹਰ ਗੋਬਿੰਦਨਾ ਸਿਮਰਾਮ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਰ ਦਿਆ ਵੈ ਧਾਏ ਸਪਤਾਈ ਹੋਣਾ ਜੀ ਸਾਹਿਤ ਸੰਪਾਸ਼ਾ ਕਲਗੀ ਤਰਫਿਤਾ ਸਪਤਾਈ ਹੋਣਾ ਜੀ ਸਾਹਿਤ ਸਾਹ ਪਾਤਸ਼ਾਹੀਆਂ ਦੇ ਆਤਮ ਸਵਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਜੀ ਦਾ ਧਿਆਨ ਧਰ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਬੋਲੋ ਜੀ ਜਨਾ ਸਿੰਘਾ ਸੰਘਣੀਆਂ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਸਰਕਣੀਆਂ ਤੇ ਚੜੇ ਧਨ ਆਰਿਆਂ ਨਾਲ ਕਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਵਾਈ ਭਜਾ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤਿਆਵੈ ਜਿਤਾਵਨ ਕਾ ਸਦਕਾ ਸਰਬ ਸੁਖ ਹੋਏ ਦਰੋਂ ਘਰੋਂ ਬਖਸ਼ੋ ਪਾਤਸ਼ਾਹ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹਾ ਦਾਨ ਭਰੋਸਾ ਦਾਨ ਦਾਨ ਆਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਹੋਊਗੇ ਜੁਗੋ ਜੁਗ ਅਟਰ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਤਿਗੁਰ ਆਪ ਜੀ ਦੇ ਗੁਰਸਿੱਖਾਂ ਦਾ ਮਨ ਜੀਵਾ ਮਾਤੇ ਉੱਚੀ ਮਾਤਮਾ ਦੇ ਰੱਖ ਕੇ ਆਪ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਘਰ ਪਾਤਸ਼ਾਹ ਜੀ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ ਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੀ ਆਸਰੀ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਆਈ ਸਮੂਹ ਸਾਧ ਸੰਗਤ ਨਗਰ ਨਿਵਾਸੀ ਡੇਰਾ ਨਿਵਾਸੀ ਸਰਬੱਤ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦਾ ਮਹਾਨ ਵਾਕ ਹੈ ਸਰਫ ਹੈ ਸਰਫ ਹੈ ਸਦਾ ਸਦਾ ਹੇ ਵਾਹਿਗੁਰੂ ਵਿਹਾਏ ਨਾਨਕ ਕਿਸ ਨੂੰ ਆਖੀ ਹੈ ਬਿਨ ਪੁੱਛਿਆ ਹੀ ਲੈ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਤਿਕਾਰਯੋਗ ਮਾਤਾ ਮਸਤਾਨ ਕੌਰ ਜੀ ਜੋ ਕਿ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕਰ ਸੰਸਾਰ ਤੇ ਭੇਜਣਾ ਕੀਤਾ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਅਰਥ ਕਰਦੇ ਹੋਏ ਨਾਮ ਸਿਮਰਨ ਸੇਵਾ ਨਿਭਾਉਂਦੇ ਹੋਏ ਕੁਛ ਰੋਜ਼ ਤੋਂ ਲੈ ਕਰ
ਆਪ ਜੀ ਦੇ ਹੁਕਮੇ ਅੰਦਰ ਅਕਾਲ ਚਲਾਣੇ ਕਰ ਗਏ ਸਨ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਸਾਰੀਆਂ ਸੰਗਤਾਂ ਪਰਿਵਾਰ ਸਮੇਤ ਪਾਤਸ਼ਾਹ ਜੀ ਰੱਬੀ ਬਾਣੀ ਦੇ ਜਾਪ ਵਿਛੜੀ ਗੁਰੂ ਦਿਨ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਗੁਰਮੁਖ ਪਰਿਵਾਰਾਂ ਦੇ ਗ੍ਰਹਿ ਵਿਖੇ ਪ੍ਰਾਰੰਭ ਹੋਏ ਸਨ। ਆਪ ਮਦ ਸੰਪੂਰਨ ਸਮਾਪਤੀ ਉਪਰੰਤ ਆਪ ਜੀ ਦੀ ਦਸੀ ਮਰਿਆਦਾ ਅਨੁਸਾਰ ਪਾਤਸ਼ਾਹ ਜੀ ਉਹ ਜੈ ਸੋ ਗੁਰੂ ਉਪਦੇਸਿਆ ਮੈਂ ਤੈ ਸੋ ਕਹਿਆ ਪੁਕਾਰ ਨਾਨਕ ਤੈ ਸੁਣ ਰਹੇ ਮਨਾ ਕਰ ਕੀਰਤਨ ਹੋਏ ਉਧਾਰ ਦੇ ਮਾਂ ਬਾਪ ਅਨੁਸਾਰ ਵਿਛੜੀ ਰੂਹ ਦਿਨ ਵਿੱਚ ਅੰਤਮ ਅਰਦਾਸਾ ਪਾਤਸ਼ਾਹ ਜੀ ਮਹਾਤਮਾ ਦੀ ਸ਼ਾਂਤੀ ਅਤੇ ਪਰਿਵਾਰਾਂ ਦੀ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਖੁੱਲੇ ਪੰਡਾਲਾਂ ਵਿੱਚ ਆਪ ਜੀ ਦੇ ਦਰਬਾਰ ਸਜਾਏ ਗਏ ਉਪਰੰਤ ਕਥਾ ਕੀਰਤਨ ਵਿਚਾਰਾਂ ਹੋਈਆਂ ਸਾਰੀਆਂ ਸੰਗਤਾਂ ਨੇ ਪਹੁੰਚ ਕੇ ਰਬੀ ਬਾਣੀ ਦੇ ਜਾਪ ਸੰਗਤਾਂ ਸਮੇਤ ਜਥਿਆਂ ਸਮੇਤ ਆਪ ਜੀ ਦੇ ਕੀਰਤਨ ਵਿਚਾਰਾਂ ਹੋਈਆਂ। ਸਤਿਗੁਰ ਜੀ ਇਤਨੇ ਸਮੇਂ ਅੰਦਰ ਆਪ ਜੀ ਦੀਆਂ ਕੀਰਤਨ ਵਿਚਾਰਾਂ ਕਰਦਿਆਂ ਵੈਰਾਗਮਈ ਬਾਣੀ ਦੇ ਕੀਰਤਨ ਕਰਦਿਆਂ ਵਿਆਖਿਆ ਕਰਦਿਆਂ ਸੰਗਤਾਂ ਪਾਸੋਂ ਪਰਿਵਾਰ ਪਾਸੋਂ ਆਪ ਜੀ ਦੀ ਸੇਵਾ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਕਥਾ ਕੀਰਤਨ ਵਿਚਾਰਾਂ ਸੇਵਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਸੋ ਅਣਜਾਣ ਦੇ ਬੱਚੇ ਜਾਣ ਕੇ ਖਿਮਾ ਕਰ ਦੇਣੀ ਅੱਗੇ ਸੁਮਤ ਬਖਸ਼ਣੀ ਜੀ ਸੁਣ ਸਪਸ ਗੁਰਬਾਣੀ ਪੜ੍ਹਨ ਸੁਣ ਸੇਵਾ ਕਰਨ ਦਾ ਬਲ ਉਤਸ਼ਾਹ ਬਖਸ਼ਣਾ ਕਿਰਪਾ ਕਰਨੀ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਕਢਾਵਾਂ ਆਪਣੇ ਪਾਵਨ ਪਵਿੱਤਰ ਦਰ ਦੇ ਪ੍ਰਵਾਨ ਕਰ ਲੈਣੀਆਂ ਚੱਲਿਆ ਸਵਾਸ ਕਦਮ ਕਦਮ ਲੈ ਕੇ ਚਲਾਉਣਾ ਪਰਿਵਾਰਾਂ ਦੀ ਸੰਗਤਾਂ ਦੀ ਕੀਤੀ ਹੋਈ ਸੇਵਾ ਲੈ ਕੇ ਚਲਾ ਲੈਣੀ ਪਾਤਸ਼ਾਹ ਜੀ ਕਿਰਪਾ ਕਰਨੀ ਜੀ 84 ਦੇ ਆਵਾਗਮਨ ਤੋਂ ਬਚਾ ਕੇ ਮਾਤਾ ਜੀ ਨੂੰ ਹਮੇਸ਼ਾ ਵਾਸਤੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ ਸੰਗਤਾਂ ਵਿੱਚ ਪਰਿਵਾਰਾਂ ਵਿੱਚ ਭਾਣੇ ਮੰਨਣ ਦੇ ਬਲ ਬਖਸ਼ਿਸ਼ ਕਰਨੇ ਪਾਤਸ਼ਾਹ ਜੀਓ ਆਈਆਂ ਸੰਗਤਾਂ ਵੱਲੋਂ ਪਾਤਸ਼ਾਹ ਜੀ ਸਰਬੱਤ ਸੰਗਤਾਂ ਵੱਲੋਂ ਕੀਰਤਨ ਦੇ ਸਤਿਕਾਰ ਵਜੋਂ ਬੇਅੰਤ ਮਾਇਆ ਖਜ਼ਾਨੇ ਭਰਪੂਰ ਕਾਲ ਕਟਕ ਦੌਰ ਦੁੱਖਾਂ ਦਰਿਦਰਾਂ ਕਲੇਸ਼ਾਂ ਦੇ ਨਾਲ ਸੰਗਤਾਂ ਵਿੱਚ ਪਰਿਵਾਰਾਂ ਵਿੱਚ ਨਗਰ ਵਿੱਚ ਡੇਰੇ ਸੰਗਤਾਂ ਦੇ ਸੁੱਖਾਂ ਦੇ ਪ੍ਰਕਾਸ਼ ਕਰਨੇ ਪਾਤਸ਼ਾਹ ਜੀਓ ਕਿਰਪਾ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਾਤਸ਼ਾਹ ਜੀ ਭੋਗ ਦੀ ਸਮਾਪਤੀ ਉਪਰੰਤ ਪਾਤਸ਼ਾਹ ਜੀ ਉਹ ਧਿਆਵਲ ਕੜਾਹ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸਭ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਜੋ ਜੀ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ 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 ਜਪੇ ਕਰੋ ਕਿਰਪਾ ਸਤਿਗੁਰੂ ਜੀ ਪੜ੍ਹੀ ਸੁਣੀ ਗੁਰਬਾਣੀ ਸਚਖੰਡ ਵਿਖੇ ਸੋਧ ਕੇ ਦਾਰੇ ਆਈਆਂ ਸੰਗਤਾਂ ਸਮੂਹ ਪਰਿਵਾਰਾਂ ਅਤੇ ਵਿਛੜੀ ਰੂਹ ਦੇ ਹਿਰਦੇ ਅੰਦਰ ਵਸਾਓ ਜੀ ਕਰੋ ਕਿਰਪਾ ਹੁਕਮਨਾਮੇ ਬਖਸ਼ੋ ਹੁਕਮਨਾਮੇ ਤੇ ਚਰਨ ਦੀ ਸਮਰੱਥਾ ਬਖਸ਼ਣੀ ਸਾਰੀਆਂ ਸੰਗਤਾਂ ਪਰਿਵਾਰਾਂ ਨੂੰ ਲਾਵੋ ਚਰਨਾਂ ਦੇ ਨਾਲ ਰੱਖੋ ਜੀ ਸਿਰ ਤੇ ਮਿਹਰ ਭਰਿਆ ਹੱਥ ਕਰੋ ਜੀ ਕਿਰਪਾ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖੋ ਜੋ ਤੇਰੇ ਦਰੇ ਆਵੈ ਸੋ ਰਾਜੀ ਜਾਵੈ ਸੁਖ ਹੋਵੇ ਨਾਮ ਦਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਕਈ ਅਕਾਲ ਕੀ ਸਾਬ ਸਿਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਤਿਆ ਜੋ ਪ੍ਰਭ ਕੋ ਮਨ ਗੋਸ਼ ਰਾਜ ਕਰੇਗਾ ਖਾਲਸਾ ਵਾਹਿਗੁਰੂ ਨਾਮ ਜੋ ਸ਼ਰਧਾ ਕਰ ਸੇਵੰਦੇ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰੇ ਉਤਾਰਨ ਬੋਲੇ
ਗੁਰੂ ਗਰੀਬ ਨਵਾਹੀ ਗੁਰੂ ਲਿਖਿਆ ਬਦਹੋ ਪੁਰਖ ਵਿਧਾਤੇ ਦਾਤੂ ਸੋਹਿਆ ਵਸਦੀ ਸ਼ੰਕਾ ਸਰਦਾ ਨਾਇ ਰਾਮਦਾਸ ਸਰ ਹਿਰਦ ਹਿਰਦ ਪ੍ਰਭ ਆਇਆ ਪਰਿਆ ਤੋ ਸਰਨਾ ਨਾਨਕ ਕੀ ਪ੍ਰਭ ਨਜੀ ਆਪਣੀ ਭਗਤੀ ਲਾ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇ ਰਾਖੋ ਹੋ ਰੱਖਣ ਹਾਰ ਦਿਆਲਾ ਨਾਨਕ ਹਰ ਕੀ ਬੋਲੇ ਸੁਖ ਹੋ ਡਾਲਗਰ ਸੇਵਿਆ ਅਹਨਸ ਸਹਿਜ ਸੁਭ ਸਰਜਨ ਕਰਿਆ ਹੋਵੈ ਸਿਫਤ ਪਸਮਦੀ ਨੂਰ ਅਰਸੋ ਕੁਰਸੋ ਚੱਕੀਐ ਉਦਰਭੇ ਸੱਚੇ ਪਾਤਸ਼ਾਹ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਸ਼ਾਹ ਸਿਰਸ਼ਹਾਂਦਸ਼ ਜਿਸ ਪਾਸ ਬਹਿਟਿਆ ਸੋਹੀਐ ਸਭਨਾਂ ਦਾ ਸਤਨਾ ਹਰੇ ਨਾਰ ਇਹ ਸਾਚੀ ਜੀਵਤਾਰ ਸਗਲ ਜਗਤ ਹੈ ਜੈਸੀ ਸੁਪਨਾ ਬਿਨ ਸਤ ਜਗਤ ਨਾ ਰਹਤ ਨਹੀਂ ਦਿਨ ਚਾਰ ਐਸੇ ਹੀ ਇਹ ਸੁਖ ਲਾਇਕ ਉਰਜਿਓ ਕਹਾ ਗਵਾਰ ਅਜੋ ਸਮਝ ਕਛ ਬਿਗੜਿਓ ਨਾ ਭਜਲੇ ਨਾ ਆਖਿਓ ਤੋਹੇ ਪੁਕਾਰ ਅਜੋ ਸਮਝ ਕਛ ਬਿਗੜਿਓ ਨਾਹਨ ਭਜਲੇ ਨਾਮ ਮੁਰਾਰ ਅਹੁ ਨਾਨਕ ਨਿਜ ਮਤ ਸਾਧਨ ਵਾਹਿਗੁਰੂ ਕੀ ਫਤਿਹ ਪਰਮ ਪਰਮਾਨ ਲੋਕ ਸਰਬੱਤ ਦੂਰੋਂ ਨੇੜੇ ਤੱਕ ਕੇ ਆਈਆਂ ਪਹੁੰਚੀਆਂ ਸੰਗਤਾਂ ਦਾ ਨਗਰ ਨਿਵਾਸੀ ਸਮੂਹ ਪਰਿਵਾਰ ਅਤੇ ਸਰਬੱਤ ਜਥਿਆਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੋ ਆਪੋ ਆਪਣਾ ਕੀਮਤੀ ਸਮਾਂ ਕੱਢ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਰਾਹੀਂ ਸਾਰੀਆਂ ਸੰਗਤਾਂ ਜਥੇ ਸਮੇਤ ਜੋ ਕਿ ਮਾਤਾ ਜੀ ਨੂੰ ਗੁਰਬਾਣੀ ਦੇ ਰਾਹੀਂ ਨਿੱਘੀ ਸ਼ਰਧਾਂਜਲੀ ਭੇਟਾ ਕਰਨ ਵਾਸਤੇ ਸਾਰੀਆਂ ਸੰਗਤਾਂ ਪਹੁੰਚੀਆਂ ਸੋ ਦੋ ਦੋ ਮਿੰਟ ਦੇ ਸਮੇਂ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਸਮਾਂ ਬਹੁਤ ਹੋ ਜਾਂਦਾ ਹੈ ਧਿਆਵਲ ਖੜਾ ਪ੍ਰਸ਼ਾਦੀ ਦੇ ਕੇ ਵਰਤਾਰਾ ਕਰਨੀ ਹੈ ਇਸ ਕਰਕੇ ਭਾਈ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਿਉਂਕਿ ਬੁਲਾਰੇ ਜਦੋਂ ਫਿਰ ਅਸੀਂ ਬੇਨਤੀ ਕਰਦੇ ਹਾਂ ਨਾ ਹੈ ਜਲਦੀ ਥੋੜ੍ਹੀ ਜਿਹੀ ਸਮਾਪਤੀ ਕਰ ਦਿਓ ਇਸ ਕਰਕੇ ਭਾਈ
ਦੀਗਾਂ ਵੀ ਵਰਤਾਉਣੀਆਂ ਨੇ ਬੇਨਤੀ ਪ੍ਰਵਾਨ ਕਰਿਓ ਸੋ ਆਓ ਜੀ ਜਿਨ੍ਹਾਂ ਨੇ ਬੋਲਣਾ ਹੈ 2 ਮਿੰਟ ਦੇ ਸਮੇਂ ਵਾਸਤੇ ਆਪ ਜੀ ਨੇ ਧੰਨਵਾਦ ਕਰਨਾ ਹੈ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਦਿੱਤਾ ਨਾਰਾ ਬੁਲੰਦ ਕਰੀਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੱਲੇ ਆਵੇ ਨਾਨਕਾ ਸੱਜੇ ਉੱਠੀ ਜਾਏ ਦੇ ਮਹਾਂਪੁਰਖਾ ਜੋ ਆਇਆ ਸੋ ਚੱਲ ਸੀ ਸਭ ਤਾਂ ਕੋਈ ਆਈ ਵਾਰੀ ਹੈ ਤੇ ਮਹਾਂਪੁਰਖਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਮਾਤਾ ਮੁਸਕਾਨ ਕੌਰ ਜੀ ਪਿਛਲੇ ਐਤਵਾਰ ਸਾਨੂੰ ਸਾਰਿਆਂ ਨੂੰ ਸਦੀਵ ਵਿਛੋੜਾ ਦੇ ਕਰਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ ਜਿੱਥੋਂ ਤੱਕ ਮਾਤਾ ਜੀ ਦੇ ਜੀਵਨ ਦੇ ਬਾਰੇ ਗੱਲ ਕਰੀਏ ਤਾਂ ਮਾਤਾ ਜੀ ਦਾ ਜੀਵਨ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜਮਤ ਗੁਰੂ ਗ੍ਰੰਥ ਸਾਹਿਬ ਜੀ ਦੇ ਫਸਕੇ ਦੀ ਕਰਨੀ ਗੁਰਮਤ ਦੀ ਕਰਨੀ ਗੁਰੂ ਘਰ ਦੀ ਕਰਨੀ ਇਸੇ ਤਰ੍ਹਾਂ ਮਾਤਾ ਜੀ ਗੁਰਸਿੱਖੀ ਜੀਵਨ ਵਾਲਾ ਵਕੀਲ ਕਰਕੇ ਸਾਨੂੰ ਸਾਰਿਆਂ ਨੂੰ ਸਰੀਰ ਵਿਛੋੜਾ ਦੇ ਕੇ ਗਏ ਨੇ ਮਾਤਾ ਜੀ ਆਪਣੇ ਪਿੱਛੇ ਬਹੁਤ ਵੱਡਾ ਇੱਕ ਫੁਲਵਾੜੀ ਗੁਰਦਾਸਤਾ ਛੱਡ ਕੇ ਗਏ ਨੇ ਉਹਨਾਂ ਦੇ 4 ਪੁੱਤਰ ਸਰਦਾਰ ਹਰਜਨ ਸਿੰਘ ਜੀ ਸਰਦਾਰ ਜਾਗਵਿੰਦਰ ਸਿੰਘ ਜੀ ਪ੍ਰਧਾਨ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਉਹ ਆਪਣੀ ਸੇਵਾ ਨਿਭਾ ਰਹੇ ਹਨ ਪਰਮਿੰਦਰ ਸਿੰਘ ਜੀ ਜੋ ਖੇਤੀਬਾੜੀ ਦੇ ਵਿੱਚ ਆਪਣੀ ਸੇਵਾ ਕਰ ਰਹੇ ਨੇ ਤੇ ਗੁਰਦਾਸਨ ਸਿੰਘ ਜੀ ਗਾਂਧੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਜਿੱਥੇ ਰਾਜਨੀਤਿਕ ਉੱਥੇ ਧਾਰਮਿਕ ਆਪਣੀ ਰਾਜਨੀਤਿਕ ਧਰਮ ਅਤੇ ਸਮਾਜਿਕ ਸੇਵਾ ਆਪਣੀ ਨਿਭਾ ਰਹੇ ਹਨ ਉਹਨਾਂ ਦੀ ਬੇਟੀ ਬੀਬੀ ਸੁਖਵਿੰਦਰ ਕੌਰ ਢਿੱਲੋਂ ਦਾਮਾਦ ਸਰਦਾਰ ਰਵਿੰਦਰ ਸਿੰਘ ਜੀ ਗਿੰਨੀ ਢਿੱਲੋਂ ਜੋ ਪ੍ਰਧਾਨ ਨੇ ਬੀਜੇਪੀ ਦਿਹਾਤੀ ਪਟਿਆਲਾ ਦੇ ਨਾਮ ਦੇ ਦਾਦੀ ਰਾਹੀਂ ਉਹ ਆਪਣੇ ਕੰਮ ਬਿਜ਼ਨਸ ਕਰ ਰਹੇ ਹਨ ਉਸੇ ਤਰ੍ਹਾਂ ਜਿੱਥੇ ਪ੍ਰਦੀਪ ਜੀ ਮਾਤਾ ਜੀ ਦੇ ਪੋਤਰੇ ਨੇ ਉਸੇ ਤਰ੍ਹਾਂ ਜਗਤਾਰ ਸਿੰਘ ਜੀ ਪਿੱਟੂ ਮਜਾਲ ਸਰਪੰਚ ਸਾਹਿਬ ਉਹ ਵੀ ਇਸ ਪਰਿਵਾਰ ਦੇ ਮੈਂਬਰ ਨੇ ਤੇ ਇਸ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਹੱਥ ਦੁੱਖ ਸੁੱਖ ਦੇ ਵਿੱਚ ਖੜਦੇ ਹਨ ਉਹਨਾਂ ਦੇ ਪੋਤਰੇ ਪਿੱਛੇ ਗੁਰਜੀਤ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਮੈਂ ਉਹਨਾਂ ਨੂੰ ਬੇਨਤੀ ਪਹਿਲਾਂ ਹੀ ਕਰੂੰਗਾ ਜੁੜ ਬੈਠੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਮੇਰੀ ਵੱਡੀ ਭੈਣ ਮਸਤਾਨ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਰਿਸ਼ਤੇਦਾਰ ਸਾਕ ਸੰਬੰਧੀ ਵੱਖੋ ਵੱਖ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਸੱਜਣ ਉਚੇਚੇ ਤੌਰ ਤੇ ਆਪਾਂ ਸਭ ਨੇ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਬੇਨਤੀ ਕੀਤੀ ਹੈ ਕਿ ਪਿਛਲੇ ਜੀ ਆਤਮਾ ਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਰਾਗੀ ਸਿੰਘਾਂ ਨਾਲ ਵੀ ਉਚਿਤ ਸ਼ਬਦਾਂ ਰਾਹੀਂ ਵਿਰਾਗ ਵਾਹੀ ਢੰਗ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਹਾਜ਼ਰੀ ਲਵਾਈ ਮਰਨੇ ਤੇ ਪਾਈਏ ਪੂਰਨ ਪਰਮਾਨੰਦ ਸਾਡੇ ਪਰਿਵਾਰ ਦੇ ਵਿੱਚ ਖਾਨਦਾਨ ਦੇ ਵਿੱਚ ਸਾਨੂੰ ਮਾਣ ਤੇ ਫਖਰ ਹੈ ਸਾਡੇ ਪਿਤਾ ਜੀ ਦਾਦਾ ਦਾਦੀ ਜੀ ਤਾਇਆ ਜੀ ਸਾਨੂੰ ਸਿੱਖੀ ਦੀ ਗੁੜ੍ਹਤੀ ਦੇ ਕੇ ਗਏ ਨੇ ਮੈਨੂੰ ਪਤਾ ਮੈਨੂੰ ਮੈਂ ਆਪਣੇ ਦਾਦੀ ਤਹਿਰਾਜ ਦਾ ਪਾਠ ਕਰ ਰਹੀ ਸੀ ਉੱਥੇ ਦੀ ਕਦਮ ਸਰੀਰ ਛੱਡ ਗਿਆ ਗੁਰਬਾਣੀ ਚ ਆਉਂਦਾ ਨੇ ਕਿਆ ਜਾਣੇ ਕਿ ਮਰੇਗੇ ਕੈਸਾ ਮਰਨਾ ਹੋਵੇ ਜੇ ਸਹਿ ਮਨੋ ਨਾ ਕਿਸੇ ਤਾਂ ਸਹਿਲਾ ਮਰਨਾ ਹੋਏ ਜੇ ਮਿਸਾਲ ਆ ਸਾਡੀ ਭੈਣ ਜੀ ਅਸੀਂ ਉਸਦੇ ਸੰਸਕਾਰ ਦੇ ਸਮੇਂ ਆਏ ਉਸ ਤੋਂ ਪਹਿਲਾਂ ਵੀ ਸਾਡੀ ਗੱਲ ਹੋਈ
ਤੇ ਮਰਨ ਦੀ ਰਸਮਾਂ ਦੇ ਸਮੇਂ ਵੀ ਆਖਰੀ ਪੁਰਬ ਦੇ ਸਮੇਂ ਵੀ ਤੇ ਅੱਗੇ ਜਾ ਕੇ ਮੜੀਆਂ ਦੇ ਵਿੱਚ ਵੀ ਕੀਰਤਨ ਦਾ ਬਖਾਨ ਬੜੇ ਪ੍ਰੇਮ ਤੇ ਸਤਿਕਾਰ ਨਾਲ ਹੋਇਆ ਸਾਰੀ ਸੰਗਤਾਂ ਨੇ ਸੁਣਿਆ ਬਹੁਤ ਹੀ ਘੱਟ ਇਨਸਾਨ ਨੇ ਜਿਹੜੇ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਘਬਰਨਾ ਹੌਸਲੇ 'ਚ ਰਹਿਣ ਗੁਰੂ ਦੇ ਭਾਣੇ 'ਚ ਰਹਿਣ ਔਰ ਪਰਿਵਾਰ ਨੂੰ ਬੱਚਿਆਂ ਨੂੰ ਪਰਪੱਕ ਰੱਖਣ ਕਹਿੰਦਾ ਜੇ ਇੱਕ ਪਰਿਵਾਰ ਦੇ ਵਿੱਚ ਇੱਕ ਜੀ ਗੁਰੂ ਦੇ ਭਾਣੇ 'ਚ ਰਹੇ ਗੁਰੂ ਦਾ ਨਾਮ ਜਪੇ ਤਾਂ ਉਹਦੀ ਕਈ ਪੀੜ੍ਹੀਆਂ ਦਰ ਜਾਂਦੀ ਆ ਇਹ ਮਿਸਾਲ ਅੱਜ ਆਪਣੇ ਸਾਰਿਆਂ ਦੇ ਸਾਹਮਣੇ ਹਾਂ ਆਪਾਂ ਦੇਖੋ ਅੱਜ ਇਸ ਪਰਿਵਾਰ ਨੂੰ ਸਾਡੀ ਭੈਣ ਜੀ ਬਾਪ ਦਾ ਵੱਡਾ ਬੇਟਾ ਜਗ ਸਿੰਘ ਯਾਦਵਿੰਦਰ ਸਿੰਘ ਪਰਮੇਂਦਰ ਸਿੰਘ ਗੁਰਦਾਸ ਸਿੰਘ ਜੀ ਗਾਂਧੀ ਸਾਡੀ ਬੇਟੀ ਸੁੱਖੀ ਜੀ ਸਾਡਾ ਜਵਾਈ ਗਿਰੀ ਢਿੱਲੋਂ ਜੀ ਔਰ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਾਰੇ ਸੱਜਣ ਨਸਲੀ ਵਿੱਚ ਹੀ ਹੈ ਸਾਰੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਨਗੇ ਚੜ੍ਹਦੀ ਕਲਾ 'ਚ ਰਹਿਣ ਗੁਰਸਿੱਖੀ ਦੀ ਗੱਲ ਕਰਨਗੇ ਔਰ ਜਿਹੜਾ ਇਨਸਾਨ ਜਿਹੜਾ ਪਰਿਵਾਰ ਗੁਰੂ ਦੇ ਭਾਣੇ 'ਚ ਰਹੇ ਗੁਰੂ ਦੇ ਰਜਾ 'ਚ ਰਹੇ ਤੇ ਰੱਬ ਵੀ ਕਦੇ ਕੋਈ ਕਸਰ ਨਹੀਂ ਛੱਡਦਾ ਸੀ ਪਰਿਵਾਰਾਂ ਦੇ ਉਹਦੀ ਵਰਤ ਕੇ ਦੇਖ ਲਓ ਅੱਜ ਸਾਡੇ ਸਾਹਮਣੇ ਹੈ ਸਾਡੇ ਬੇਟੇ ਜੰਗ ਸਿੰਘ ਉਹਨਾਂ ਦੇ ਪੁੱਤਰ ਐਚ ਆਰ ਗਰੁੱਪ ਬਣਾ ਕੇ ਕਿੰਨਾ ਉਹਨਾਂ ਦਾ ਵਿਸਥਾਰ ਬਿਜਨਸ ਦਾ ਕਿੰਨਾ ਮਸ਼ਹੂਰ ਇਸ ਜ਼ਿਲ੍ਹੇ 'ਚ ਸਾਰੇ ਸਮੁੱਚੇ ਸਾਡੇ ਹਰਿਆਣੇ ਪੰਜਾਬ ਦੇ ਵਿੱਚ ਔਰ ਇਹ ਇਨਸਾਨੀਆਂ ਹੁੰਦੀਆਂ ਔਰ ਮੈਨੂੰ ਯਾਦ ਆਉਂਦਾ ਜਦੋਂ ਸਾਡੇ ਬਜ਼ੁਰਗ ਦੱਸਦੇ ਸੀ ਕਿ ਜਦੋਂ ਭੈਣ ਮਸਤਾਨ ਦੀ ਸਾਦੀ ਕੀਤੀ ਸੀ ਤਾਂ ਇਸ ਲੱਗਣ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਹੁੰਦਾ ਸੀ ਅਤੇ ਗੁਰੂ ਮੰਨਣ ਵਾਲੇ ਵੀ ਬਹੁਤ ਘੱਟ ਹੁੰਦੇ ਸੀ ਤੁਸੀਂ ਸੁਣ ਕੇ ਹੈਰਾਨ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਨਾਲ ਲੈ ਕੇ ਆਏ ਇੱਥੇ ਪ੍ਰਕਾਸ਼ ਕਰਾਏ ਨੇ ਘਰ ਰੱਖਿਆ ਸੀ ਪ੍ਰਕਾਸ਼ ਕਰਕੇ ਹੌਲੀ ਹੌਲੀ ਪਿੰਡ 'ਚ ਚੜ੍ਹਨ ਹੋਇਆ ਇਲਾਕੇ 'ਚ ਹੋਇਆ ਅੱਜ ਉਸ ਫੁਲਵਾੜੀ ਦੀ ਖੁਸ਼ਬੂ ਸੁਗੰਧੀ ਆਪਾਂ ਸਾਰੇ ਮਾਣਦੇ ਅਤੇ ਜਦੋਂ ਆਪਾਂ ਗੁਰੂ ਦੀ ਹਾਜ਼ਰੀ ਦੇ ਵਿੱਚ ਬੈਠੇ ਹੋਏ ਔਰ ਆਪਾਂ ਨੇ ਹੁਕਮਨਾਮਾ ਵੀ ਪੜ੍ਹੇ ਦਿਆ ਸੁਣਿਆ ਕਿ ਪੂਰੀ ਮੋਹਰ ਲਾਈ ਹੈ ਪਿਛਲੀ ਆਪ ਵੱਲ ਪਰਮਾਤਮਾ ਨੇ ਆਪਣੇ ਚਰਨਾਂ 'ਚ ਨਿਵਾਸ ਦੱਸਿਆ ਸੋ ਬੁਲਾਰੇ ਹੋਰ ਬਹੁਤ ਨੇ ਚਿੱਤ ਕੱਢਦਾ ਕਿ ਬਹੁਤ ਸਾਰੀਆਂ ਗੱਲਾਂ ਸਾਡੀ ਭੈਣ ਦੀ ਜ਼ਿੰਦਗੀ ਬਾਰੇ ਪਰਿਵਾਰ ਬਾਰੇ ਮੇਰਾ ਵੱਲ ਦੱਸੇ ਸਾਨੂੰ ਪਿੱਛੇ ਅਤੇ ਆਤਮਾ ਨੂੰ ਸ਼ਾਂਤੀ ਬਖਸ਼ੀ ਸ਼ਾਂਤੀ ਦਾ ਪ੍ਰਤੱਖ ਸਪਸ਼ਟ ਹੈ ਕਿ ਪਰਮਾਤਮਾ ਨੇ ਇਹੋ ਜਿਹੇ ਇਨਸਾਨ ਰੱਬ ਨੂੰ ਪਾਉਂਦੇ ਆ ਉਹਨਾਂ ਦੇ ਮਰਜ਼ੀ ਦੇ ਨਾਲ ਜਾਂਦੇ ਆ ਜੀਵਨ ਮੁਕਤ ਹੁੰਦੇ ਆ ਇੰਨੀਆਂ ਬੇਨਤੀਆਂ ਕਰਦਾ ਕਿ ਮੈਂ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਸਭ ਨੂੰ ਜੋ ਹਾਜ਼ਰੀ ਲਗਵਾ ਕੇ ਗਏ ਨੇ ਦਰਸਿੰਦਰ ਸਿੰਘ ਜੀ ਕਰਾਲੀ ਬਲਵਿੰਦਰ ਸਿੰਘ ਜੀ ਸਰਪੰਚ ਡੌਣ ਅਕਾਲੀ ਆਗੂ ਜਗਿੰਦਰ ਸਿੰਘ ਜੀ ਬਲਵੇੜਾ ਕਿਸਾਨ ਯੂਨੀਅਨ ਰਾਮਦੇਵ ਸਿੰਘ ਜੀ ਪਟਿਆਲਾ ਗੁਰਦੇਵ ਸਿੰਘ ਜੀ ਪੂਨੀਆ ਇੰਦਰਪਾਲ ਸਿੰਘ ਜੀ ਬਿੱਟੂ ਪਟਿਆਲਾ ਅਮਰੀਕ ਸਿੰਘ ਜੀ ਧਨੌਰੀ ਜੈ ਸਿੰਘ ਜੀ ਬਟਾਲਾ ਸੀਨੀਅਰ ਅਕਾਲੀ ਆਗੂ ਭਜਨ ਸਿੰਘ ਜੀ ਤ੍ਰੈ ਸੁਰਿੰਦਰ ਸਿੰਘ ਜੀ ਖੇੜੀ ਦੀ ਪੋਲੀਟੀਕਲ ਸੈਕਟਰੀ ਸਰਦਾਰ ਲਾਲ ਸਿੰਘ ਜੀ ਚੇਅਰਮੈਨ ਪੰਜਾਬ ਮੰਡੀ ਬੋਰਡ ਮੇਜਰ ਸਿੰਘ ਜੀ ਪੀ ਏ ਟੂ ਐਮ ਐਲ ਏ ਰਜਿੰਦਰ ਸਿੰਘ ਜੀ ਹਲਕਾ ਸਮਾੜਾ ਉਹ ਐਮ ਐਲ ਏ ਰਜਿੰਦਰ ਸਿੰਘ ਦੀ ਹਾਜ਼ਰੀ ਲਵਾਉਣ ਆਏ ਹਨ ਕਿਉਂਕਿ ਐਮ ਐਲ ਏ ਸਾਹਿਬ ਚੰਡੀਗੜ੍ਹ ਬਜਟ ਦੇ ਕਰਕੇ ਬਿਜੀ ਸਨ ਅਤੇ ਸਾਡੇ ਪਰਿਵਾਰਕ ਮੈਂਬਰ ਇਸ ਪਰਿਵਾਰ ਦੇ ਪਰਿਵਾਰਕ ਮੈਂਬਰ ਨੇ ਹਰਬੰਸ ਸਿੰਘ ਜੀ ਬਦੇੜਾ ਸੀਨੀਅਰ ਕਾਂਗਰਸੀ ਆਗੂ ਮੈਂ ਮਾਫ਼ੀ ਚਾਹਵਾਂਗਾ ਅਤੇ ਹੁਣ ਮੈਂ ਬੇਨਤੀ ਕਰੂੰਗਾ ਸਿਰਫ ਦੋ ਮਿੰਟ ਦੇ ਵਾਸਤੇ ਜਗਤ ਰਾਜ ਜੀ ਕਲਵਾਣੋ ਉਹ ਆਪਣਾ ਸ਼ਬਦਾਂ ਦੇ ਰਾਹੀਂ ਮਾਤਾ ਜੀ ਨੂੰ ਆਪਣੀ ਸ਼ਰਧਾ ਸਤਿਕਾਰ ਭੇਟ ਕਰਨਗੇ ਜਗਤ ਰਾਜ ਜੀ ਕਲਵਾਣੋ ਮੈਂ ਮਾਫ਼ੀ ਮੈਂ ਚਾਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੈ ਮੇਰੇ ਬਜ਼ੁਰਗੋ ਨੌਜਵਾਨ ਦੋਸਤੋ ਮਤਾਓ ਭੈਣਾਂ ਤੋਂ ਬੱਚੋ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਰ ਕੇ ਪ੍ਰਾਣੀ ਦੀ ਅਰਦਾਸ ਤੋਂ ਬਾਅਦ ਕੋਈ ਗੱਲ ਬਾਕੀ ਨਹੀਂ ਰਹੇਗੀ ਜਿਹੜੀ ਉਸ ਬਾਰੇ ਬੋਲੀ ਜਾਵੇ ਪਰ ਮਾਤਾ ਮਸਤਾਨ ਤੌਰ ਦੇ ਬਾਰੇ ਜਿੰਨੀ ਵੀ ਗੱਲ ਆਖੀ ਜਾਵੇ
ਬਹੁਤ ਘੱਟਦਾ। ਬਾਣੀ ਚ ਲਿਖਿਆ ਜਨਨੀ ਜਨੇ ਤੋਂ ਭਗਤ ਜਨ ਜਾਂ ਦਾਤਾ ਜਾਂ ਸੂਰ, ਜਨਨੀ ਜਨੇ ਤੋਂ ਭਗਤ ਜਨ ਜਾਂ ਦਾਤਾ ਜਾਂ ਸੂਰ, ਵਧਣਾ ਜਨਨੀ ਵੱਧ ਰਹੇ ਕਿਉਂ ਗਵਾਰੇ ਨੂੰ। ਜੇ ਪੈਦਾ ਕਰਨੇ ਨੇ ਦਾਨੀ ਪੈਦਾ ਕਰੇ, ਸੂਰਮੇ ਪੈਦਾ ਕਰੇ, ਲੋਕਾਂ ਦੀ ਸੇਵਾ ਕਰਨਾ ਇਹ ਪੈਦਾ ਕਰੇ। ਇਹ ਮਾਤਾ ਦੇ ਚਾਰੇ ਪੁੱਤ ਤੇ ਮੇਰੀ ਭੈਣ ਸੁਖਵਿੰਦਰ ਇੱਕ ਇਹੋ ਜਿਹੇ ਪਰਿਵਾਰ ਚ ਗਈ ਆ ਕਿ ਲੋਕ ਪਰਿਵਾਰ ਚ ਜਿਹੜਾ ਪਰਿਵਾਰ ਬੇਦਾਗ ਪਰਿਵਾਰ ਆ, ਲੋਕਾਂ ਦੀ ਸੇਵਾ ਕਰਨ ਵਾਲਾ ਪਰਿਵਾਰ ਆ। ਪਿਆਰੇ ਵੀਰੋ, ਇਸ ਪਰਿਵਾਰ ਦੇ ਨਾਲ ਮੇਰੀ ਬਹੁਤ ਵੱਡੀ ਸਾਂਝ ਆ। 1974 ਦੇ ਯਾਦਵਿੰਦਰ ਸਿੰਘ ਸਾਡੇ ਯੂਥਾਂ ਦੇ ਸਾਥੀ ਰਹੇ ਨੇ, ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਸ ਲੜਾਈ ਚ ਰਹੇ, ਤੇ ਉਦੋਂ ਵੀ ਇਸ ਪਰਿਵਾਰ ਦੇ ਨਾਲ ਮੇਰੀ ਸਾਂਝਾ ਜੁੜੀਆਂ ਨੇ। ਮੈਂ ਬਹੁਤਾ ਖੁਸ਼ੀ ਨਾਲ ਕਹਿੰਦਾ ਹੋਇਆ ਸਰਦਾਰ ਪ੍ਰਦੀਪ ਸਿੰਘ ਬਾਰੇ ਬਹੁਤ ਦੁੱਖ ਹੈ ਮੈਨੂੰ ਆ। ਇਹ ਵੀ 1999 ਚ ਮੇਰੇ ਸੰਪਰਕ ਚ ਆਏ ਨੇ, ਰਾਜਨੀਤੀ ਚ ਅਸੀਂ ਇਕੱਠੇ ਰਹੇ ਹਾਂ। ਵਪਾਰ ਵੀ ਇਹਨਾਂ ਨੇ ਮੇਰੇ ਨਾਲ ਲੱਗ ਕੇ ਸ਼ੁਰੂ ਕੀਤਾ। ਅੱਜ ਉਹ ਵਪਾਰ ਪੰਜਾਬ ਤੋਂ ਬਾਅਦ ਹਿਮਾਚਲ ਚ ਗਏ, ਹਿਮਾਚਲ ਤੋਂ ਬਾਅਦ ਦੁਬਈ ਚ ਗਏ, ਦੁਬਈ ਤੋਂ ਬਾਅਦ ਅੱਜ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਵਪਾਰ ਕਰੂ ਕੇ ਆਇਆ ਸੀ। ਤੇ ਮਾਤਾ ਦੇ ਭੋਗ ਸਾਵਲ ਆਪਣੇ ਨਾਲ ਸਬੱਬੀ ਆਇਆ ਸੀ। ਜੇ ਮੈਨੂੰ ਉੱਥੇ ਵੀ ਪਤਾ ਲੱਗਦਾ ਤਾਂ ਮੈਂ ਵੀ ਜੇ ਉੱਥੇ ਹੁੰਦਾ ਮੈਂ ਵੀ ਵਾਪਸ ਆਉਣਾ, ਕਿਉਂ ਮੇਰਾ ਆਪਣਾ ਪਰਿਵਾਰ ਵੀ ਅੱਜ ਆਸਟ੍ਰੇਲੀਆ ਦੇ ਵਿੱਚ ਆ। ਮੈਂ ਬਹੁਤਾ ਨਫ਼ਰਤ ਕਹਿੰਦਾ ਹੋਇਆ ਇਸ ਪਰਿਵਾਰ ਦੇ ਬਾਰੇ, ਇਸ ਪਰਿਵਾਰ ਦੀ ਜਿਹੜੀ ਚਾਦਰ ਆ ਸਫੈਦ ਆ, ਕੋਈ ਦਾਗ ਨਹੀਂ ਚਾਦਰ ਤੇ, ਕੋਈ ਲਾਭਾ ਨਹੀਂ ਖੱਟੇ ਇਸ ਪਰਿਵਾਰ ਦੇ। ਇਸ ਪਰਿਵਾਰ ਨੇ ਸਮਾਜ ਦੇ ਅੰਦਰ, ਧਰਮ ਦੇ ਅੰਦਰ ਤੇ ਰਾਜਨੀਤੀ ਦੇ ਅੰਦਰ ਬਹੁਤ ਸੇਵਾ ਕੀਤੀ ਆ। ਤੇ ਮੈਂ ਆਸ ਕਰਦਾ ਕਿ ਜਿਵੇਂ ਮਾਤਾ ਨੇ ਇਹ ਸਫੈਦ ਚਾਦਰ ਛੱਡ ਕੇ ਗਈ ਆ, ਸਾਰੇ ਪਰਿਵਾਰ ਨੂੰ ਆਸ਼ੀਰਵਾਦ ਦੇ ਕੇ ਗਈ ਆ, ਤੇ ਜੋ ਮਾਤਾ ਦੇ ਪੈਰ ਪੁੱਟਣ ਤੇ ਚੱਲਣ, ਕੋਈ ਲਾਭਾ ਨਾ ਖੱਟਣ, ਇਹੀ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਆ। ਤੇ ਅਖੀਰ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਦੇ ਵੱਲੋਂ ਮਾਤਾ ਜੀ ਨੂੰ ਸਰਨਾ ਦੇ ਫੁੱਲ ਭੇਟ ਕਰਦਾ ਹੋਇਆ ਫਤਿਹ ਆਪ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਨਕ ਰਾਜ ਜੀ ਦਾ। ਸ਼ਾਮਲ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਬੇ ਜੀ ਦੇ ਬਾਰੇ ਮੇਰੇ ਤੋਂ ਪਹਿਲਾਂ ਬੁਲਾ ਰਿਹਾ ਨੇ, ਉਹਨਾਂ ਦੀ ਸ਼ਖਸੀਅਤ ਦੇ ਬਾਰੇ ਚਾਨਣਾ ਪਾਇਆ ਕੁਛ ਗੱਲਾਂ, ਲੋਕ ਗੱਲਾਂ ਮੈਂ ਵੀ ਸਾਧ ਸੰਗਤ ਦੇ ਨਾਲ ਸਾਂਝੀਆਂ ਕਰਨੀਆਂ ਨੇ। ਬੇਬੇ ਜੀ ਦਾ ਜੀਵਨ ਲਾਈਟ ਹਾਊਸ ਪੋਜ਼ਿਟਿਵ ਵਾਈਬ੍ਰੇਸ਼ਨ ਉਹਨਾਂ ਦੇ ਸਰੀਰ ਚੋਂ ਨਿਕਲਦੀਆਂ ਸੀ। ਸਿਮਰਨ ਇੰਨਾ ਜਿੰਨਾ ਕਹਿ ਲਓ ਨਹੀਂ, ਸਾਰੀ ਨਿਤਨੇਮ ਦੀ ਬਾਣੀ ਸੁਖਨੀ ਸਾਹਿਬ ਉਹਨਾਂ ਨੂੰ ਮੂਲ ਜਵਾਨੀ ਯਾਦ ਸੀ। ਪੈਸਾ ਤਾਂ ਐਂਡਲੈਸ ਦੌੜ ਹੈ, ਪਰ ਸਾਧ ਸੰਗਤ ਜੀ ਜਿਹੜੇ ਉਹਨਾਂ ਨੇ ਆਪਣੇ ਬੱਚਿਆਂ ਦੇ ਵਿੱਚ ਸੰਸਕਾਰ ਭਰੇ, ਸਿੱਖੀ ਦੇ ਸੰਸਕਾਰ ਭਰੇ, ਸੋ ਅੱਜ ਜਿਹੜੀ ਇਹ ਉਹਨਾਂ ਦੀ ਅੰਤਮ ਅਰਦਾਸ ਹੈ, ਇੱਥੋਂ ਅਸੀਂ ਕੁਝ ਸਿੱਖ ਕੇ ਜਾਈਏ, ਅਸੀਂ ਵੀ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਸਿੱਖੀ ਦੇ ਨਾਲ ਜੋੜੀਏ। ਮੇਰੀ ਵਾਈਫ ਸੁਖਵਿੰਦਰ ਕੌਰ ਅਕਸਰ ਉਹਨਾਂ ਦਾ ਜ਼ਿਕਰ ਕਰਦੇ ਸੀ ਕਿ ਸਾਨੂੰ ਰੋਟੀ ਖਾਣ ਨੂੰ ਬਾਅਦ ਤੋਂ ਮਿਲਦੀ ਸੀ, ਬੇਬੇ ਜੀ ਪਹਿਲਾਂ ਕਹਿੰਦੇ ਸੀ ਪਾਠ ਕਰੋ। ਐਸੀਆਂ ਸ਼ਖਸੀਅਤਾਂ ਨੋਬਲ ਸੋਲ ਜਮਾਨੇ ਦੇ ਵਿੱਚ ਆਉਂਦੀਆਂ ਨੇ, ਬਹੁਤ ਘੱਟ ਆਉਂਦੇ ਨੇ। ਲੋਕ ਉਹਨਾਂ ਦੇ ਕੋਲ ਆ ਕੇ ਅਰਦਾਸ ਕਰਵਾਉਂਦੇ ਸੀ, ਬੇਬੇ ਜੀ ਮੇਰੀ ਇਹ ਤੁਸੀਂ ਅਰਦਾਸ ਕਰੋ। ਉਹਨਾਂ ਨੇ ਹਰ ਇੱਕ ਪ੍ਰਾਣੀ ਵਾਸਤੇ ਜਿਹੜਾ ਉਹਨਾਂ ਬੁਲਾਇਆ ਉਸਦੇ ਵਾਸਤੇ ਅਰਦਾਸ ਕੀਤੀ। ਗੁਰੂ ਦੀਆਂ ਅਕਸਰ ਕਰੋ ਉਹਨਾਂ ਕੋਲ ਮੈਂ ਬੈਠਣਾ, ਉਹ ਮੈਨੂੰ ਸੁਣਾਉਂਦੇ ਸੀ। ਸਮੇਂ ਦੀ ਵੀ ਘਾਟ ਹੈ, ਜੇ ਉਹਨਾਂ ਦੇ ਬਾਰੇ ਕਿਤਾਬ ਵੀ ਲਿਖੀ ਜਾ ਸਕੇ ਤਾਂ ਉਹ ਵੀ ਘੱਟ ਹੈ। ਮੈਨੂੰ ਅੱਜ ਇਕਬਾਲ ਦਾ ਸ਼ੇਰ ਯਾਦ ਆ ਰਿਹਾ, ਬਹੁਤ ਸ਼ੌਕ ਸੇ ਸੁਣ ਰਿਹਾ ਥਾ ਜਵਾਨਾ, ਬਹੁਤ ਸ਼ੌਕ ਸੇ ਸੁਣ ਰਿਹਾ ਥਾ ਜਵਾਨਾ, ਤੂੰ ਹੀ ਸੋ ਗਏ ਦਾਸਤਾ ਕਹਿਤੇ ਕਹਿਤੇ। ਇਹ ਆ ਕੇ ਮਾਤਾ ਜੀ ਨੂੰ ਆਪਣੀ ਸ਼ਰਧਾ ਦੇ ਸਤਿਕਾਰ ਤੇ ਤਰਨ ਇੰਜੀਨੀਅਰ ਜਤਿੰਦਰ ਸਿੰਘ ਜੀ ਚੱਡਾ, ਮਰਦਾਨ PS ਬਿਜਲੀ ਬੋਰਡ ਇੰਦਰਪੋਰ ਸਿੰਘ ਜੀ ਬਜਾਜ। ਪਹਿਲਾਂ ਕੀ ਕਹਿ ਬੇਨਤੀ ਕਰਾਂ, ਫਤਿਹ ਦਾ ਜਵਾਬ ਜ਼ਰੂਰ ਦੇਣਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਨਤੀ ਕਰੂੰਗੀ, ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਫਤਿਹ ਦਾ ਕੋਈ ਜਵਾਬ ਦਿੰਦਾ ਨਹੀਂ, ਫਤਿਹ
ਤੇ ਜਿਹਦੀ ਜਮਾਨ 'ਚ ਫਤਿਹ ਹੈ ਉਹਦੀ ਹਮੇਸ਼ਾ ਹੀ ਫਤਿਹ ਹੈ। ਕਰੋੜਾ ਹੀ ਖੰਡਾ ਪਰਮੰਡਾ ਦੇ ਬਾਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਾਰੀ ਸੰਗਤ ਨੇ ਮਿਲ ਕੇ ਬੇਨਤੀ ਜੋਦੀ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਸਾਡੇ ਸਰਕਾਰ ਜੋ ਮਾਤਾ ਮਸਤਾਨ ਕੌਰ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੱਸੋ, ਪਿੱਛੋਂ ਪਰਿਵਾਰ ਨੂੰ ਭਾਣਾ ਮਨਾਉਣ ਦਾ ਬਲ ਦੱਸੋ। ਸਾਰੇ ਬੁਲਾਰਿਆਂ ਨੇ ਬਹੁਤ ਸਾਰੀਆਂ ਗੱਲਾਂ ਪਰਿਵਾਰ ਦੇ ਬਾਰੇ ਕਹੀਆਂ, ਉਹ ਗੱਲਾਂ ਦੌਰਾਨ ਦੀ ਲੋੜ ਨਹੀਂ, ਕਿਉਂਕਿ ਭਾਈ ਸਾਹਿਬ ਨੇ ਕਿਹਾ ਸੀ ਕਿਸੇ ਨੂੰ ਦੋ ਮਿੰਟ ਦੇ ਸਮਾਂ, ਵੀ ਹੁਣ ਸਾਹਿਬ ਸਾਰੀ ਗੱਲਾਂ ਕਰ ਗਏ ਸਾਰੇ ਸਮੇਂ 'ਚ, ਅਤੇ ਉਹੀ ਗੱਲਾਂ ਵਾਰ ਵਾਰ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਲੇਕਿਨ ਮੈਂ ਤਾਂ ਕੇਵਲ ਇੱਕੋ ਗੱਲ ਕਰਾਂਗਾ, ਜਿਵੇਂ ਗੁਰੂ ਲੋ ਜੀ ਕਹਿ ਕੇ ਗਈ ਕਿ ਅੱਜ ਕੱਲ੍ਹ ਜੋ ਉਹਦਾ ਭੋਰ ਪੈਦਾ ਇੱਕ ਓਂਕਾਰ ਤੋਂ ਲੈ ਕੇ ਰਾਜਮਾਲਾ ਤੱਕ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਨੇ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੁਨੀਆਂ ਦੇ ਲੋਕਾਂ ਤੋਂ ਕਿਰਪਾ ਕੀਤੀ ਹੈ, ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤੇ ਹੈ ਸੰਵਾਦਨਾ ਕੀਤੀ ਹੈ, ਕਿ ਇਹਦੇ ਵਿੱਚ ਟੁੱਬੀ ਲਾ ਕੇ ਨਾ ਅਸੀਂ ਸਾਰਾ ਆਪਣਾ ਸੰਸਾਰ ਪਾਠ ਕਰ ਸਕਦਾ। ਔਰ ਜਿਹੜਾ ਬੰਦਾ ਇਸ ਦੇ ਨਾਲ ਗੁਰੂ ਸਾਹਿਬ ਨਾਲ ਜੁੜਿਆ, ਗੁਰੂ ਦੀ ਸਿੱਖਿਆ ਦਿੱਤਾ, ਉਹ ਚਾਹੇ ਜਿੱਥੇ ਵੀ ਬੈਠਾ ਉਹ ਹਮੇਸ਼ਾ ਹੀ ਗੁਰੂ ਸਾਹਿਬ ਦੀ ਕਿਰਪਾ ਹੋ। ਔਰ ਇਸ ਪਰਿਵਾਰ 'ਤੇ ਵੈਸੇ ਬਹੁਤ ਕਿਰਪਾ, ਜਿਹਦਾ ਸਾਰੇ ਪਰਿਵਾਰ ਨੇ ਦੱਸਿਆ ਪਰਿਵਾਰ ਦੇ, ਮੈਂ ਤਾਂ ਬਹੁਤਾ ਤੁਹਾਡਾ ਸਮਾਂ ਨਾ ਲੈਣਾ ਹੁੰਦਾ, ਸਭ ਅਗੇਨ ਕਰਦਾ ਸੱਚੇ ਪਾਤਸ਼ਾਹ ਇਹ ਪਰਿਵਾਰ ਹਮੇਸ਼ਾ ਹੀ ਵਧੇ ਫੁੱਲੇ, ਕਦੇ ਵੀ ਪਰਿਵਾਰ ਦੇ ਪ੍ਰਤੀ ਹਵਾ ਨਾ ਆਏ, ਜੋ ਮਾਤਾ ਜੀ ਨੇ ਅਸੂਲ ਪਾਏ ਉਹਨਾਂ 'ਤੇ ਚੱਲਣ ਦੀ ਤਾਕਤ ਬਖਸ਼ੇ, ਮਾਤਾ ਜੀ ਨੂੰ ਆਪਣੇ ਚਰਨਾਂ 'ਚ ਬਾਤ ਬਖਸ਼ੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਪਲਾਟ ਕਮਿਟੀ ਮੈਂਬਰ ਗੁਰਬੰਸ ਸਿੰਘ ਜੀ ਪੂਨੀਆ, ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸ਼ਰਮਾ, ਸਾਬਕਾ ਚੇਅਰਮੈਨ ਨਵਾਬ ਰਾਣਾ, ਪ੍ਰਧਾਨ ਸੈਕਟਰੀ ਯੂਨੀਅਨ ਪੰਜਾਬ, ਸਰਦਾਰ ਗੁਰਜੰਟ ਸਿੰਘ ਜੀ ਚਲੈਲਾ, ਸੀਨੀਅਰ ਅਕਾਲੀ ਆਗੂ, ਲਵਲੀ ਪ੍ਰੈਸ ਰਿਪੋਰਟਰ ਬਲਵੇੜਾ, ਬੇਮਾਨ ਪ੍ਰੈਸ ਰਿਪੋਰਟਰ ਬਲਵੇੜਾ, ਐਸ ਐਸ ਰਾਣਾ ਜੀ ਪੀ ਏ 2 ADC ਡਿਵੈਲਪਮੈਂਟ, ਜਥੇਦਾਰ ਹਰਬੰਸ ਸਿੰਘ ਜੀ ਲੰਗ ਸਾਬਕਾ ਚੇਅਰਮੈਨ, ਗੁਰਜੀਤ ਸਿੰਘ ਜੀ ਪੰਜੋਲਾ, ਜਥੇਦਾਰ ਭੁਪਿੰਦਰ ਸਿੰਘ ਜੀ ਭਲਵਾਨ, ਮੈਂਬਰ HEPC ਰਾਜ ਕੁਮਾਰ ਜੀ ਟਕਾਲਾ, ਦਲੇਰ ਸਿੰਘ ਜੀ ਪਟਿਆਲਾ, ਜਗਵਿੰਦਰ ਸਿੰਘ ਜੀ ਟਵਾਣਾ, ਇੰਸਪੈਕਟਰ ਸਾਹਿਬ ਜਸਪਾਲ ਸਿੰਘ ਜੀ ਢਿੱਲੋਂ, ਅਜੀਤ ਦੇ ਇੰਚਾਰਜ ਨੇ ਜੋ ਪ੍ਰੈਸ ਤੋਂ, ਸ੍ਰੀ ਸੁਰਵੀਰ ਸਿੰਘ ਜੀ AO। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਸ਼ਬਦ, ਮਾਂ ਵਰਗਾ ਘਨਸ਼ਾਵਾਂ ਬੂਟਾ ਮੈਨੂੰ ਨਜ਼ਰ ਨਹੀਂ ਆਇਆ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ। ਸੱਚਮੁੱਚ ਹੀ ਇਸ ਮਾਤਾ ਵਾਸਤਾ ਬਹੁਤ ਪਿਆਰੀ ਦੀ ਜੋੜੀ ਸਰਦਾਰ ਪ੍ਰਦੀਪ ਸਿੰਘ ਅਤੇ ਜਗਤਾਰ ਸਿੰਘ ਦੇ ਬਦੌਲਤ ਪਿਆ। ਮਾਂ ਦੇ ਜੀਵਨ ਬਾਰੇ ਜੋ ਸੁਣਿਆ ਪ੍ਰਦੀਪ ਹੋਰਾਂ ਤੋਂ, ਕਿ 50 ਸਾਲ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਜੀ ਪਿੰਡ ਦੇ ਵਿੱਚ ਨਹੀਂ ਸੀ ਬਣਿਆ, ਮਾਂ ਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਅਤੇ ਲੋਕਾਂ ਨੂੰ ਗੁਰੂ ਅੱਗੇ ਮੱਥਾ ਟੇਕਣ ਦੀ ਸਹੂਲਤ ਦਿੱਤੀ, ਅਤੇ ਅੱਜ ਤੱਕ ਉਸੇ ਤਰ੍ਹਾਂ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਅਤੇ ਜਿਵੇਂ ਸ਼ਾਮ ਨੂੰ ਸੁੱਖ ਆਸਣ ਹੁੰਦਾ, ਅਤੇ ਉਸੇ ਤਰ੍ਹਾਂ ਪਿਛਲੇ 50 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਪਰਿਵਾਰ ਵੱਲੋਂ ਅਤੇ ਮਾਤਾ ਜੀ ਵੱਲੋਂ ਕੀਤੀ ਜਾ ਰਹੀ ਹੈ। ਦੁਨੀਆਂ ਦੇ ਵਿੱਚ ਵਿਚਰਦਿਆਂ ਉਹ ਪਰਿਵਾਰ ਬੜੇ ਘੱਟ ਹੁੰਦੇ ਨੇ, ਕਿਸੇ ਨਾਲ ਠੱਗੀ ਨਹੀਂ, ਕਿਸੇ ਨਾਲ ਚੋਰੀ ਨਹੀਂ, ਕਿਸੇ ਨਾਲ ਧੋਖਾ ਨਹੀਂ, ਕਿਸੇ ਨਾਲ ਫਰੇਮ ਨਹੀਂ, ਜਿਹਦੇ ਨਾਲ ਖੜ੍ਹੇ ਆ ਹਿੱਕ ਤਾਣ ਕੇ ਅਤੇ ਪੂਰੀ ਵਾਹ ਲਾ ਕੇ ਅਤੇ ਪੂਰੀ ਵਫਾਦਾਰੀ ਨਾਲ ਖੜ੍ਹੇ ਆ। ਜੇ ਨਹੀਂ ਖੜ੍ਹੇ ਤਾਂ ਵੀ ਮਨ ਅੱਜ ਚੋਰੀ ਕੁੱਤੇ ਦੀ ਵਾਲਾ ਕੰਮ ਇਸ ਪਰਿਵਾਰ ਨੇ ਕਦੇ ਨਾ ਕੀਤਾ। ਸਿੱਖਿਆ ਉਹਦੇ ਪਿੱਛੇ ਮਾਂ ਦੀ ਸੀ ਕਿ ਜੇਕਰ ਕਿਸੇ ਦੇ ਕੰਮ ਆ ਸਕਦੇ ਹੋ ਤਾਂ ਮਾਮਾ ਮਾਫ ਕਰਨਾ। ਇਹੋ ਜਿਹੀਆਂ ਵੀ ਬਹੁਤ ਹੁੰਦੀਆਂ ਨੇ ਜੋ ਸਿੱਖਿਆ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਦਿੰਦੀਆਂ ਨੇ ਕਿ ਕਿਸੇ ਦੇ ਲਈ ਕਿਸੇ ਦਾ ਝਮੇਲਾ ਆਪਣੇ ਗਲ ਨਾ ਕਦੇ ਪਾਇਓ, ਇਹੋ ਜਿਹੀ ਸਿੱਖਿਆ ਵੀ ਦਿੰਦੀਆਂ ਨੇ ਮਾਤਾ। ਪਰ ਮਾਤਾ ਜੀ ਨੇ ਆਪਣੇ ਪਰਿਵਾਰ ਨੂੰ ਜੋ ਸਿੱਖਿਆ ਦਿੱਤੀ ਕਿ ਜੇਕਰ ਆਪਣਾ ਵਿਗਾੜ ਕੇ ਕਿਸੇ ਦਾ ਸਵਾਰ ਸਕੇ ਤਾਂ ਸਵਾਰਿਓ, ਕਿਸੇ ਦਾ ਦੁੱਖ ਘਟਾਉਣ ਦੇ ਲਈ ਜੇ ਦੁੱਖ ਆਪ ਨੂੰ ਉੱਤੇ ਆ ਜਾਏ ਤਾਂ ਪਰਵਾਹ ਨਾ ਮੰਨਿਓ, ਕਿਸੇ ਦੇ ਕੰਮ। ਬਹੁਤ ਬਹੁਤ ਧੰਨਵਾਦ ਰਵਿੰਦਰ ਸਿੰਘ ਜੀ ਹਰਪਾਲਪੁਰ ਦਾ, ਸਾਡੇ ਵਿੱਚ ਹਾਜ਼ਰੀ ਲਗਵਾ ਕੇ ਗਏ ਸਨ ਇਸ ਪਰਿਵਾਰ ਦੇ ਪਰਿਵਾਰਕ ਮੈਂਬਰ ਹਰਿੰਦਰ ਸਿੰਘ ਜੀ ਚੰਦੂਮਾਜਰਾ MLA ਹਲਕਾ ਸਨੌਰ, ਅਤੇ ਧਰਮਾਤ ਸਿੰਘ ਜੀ HEPC
ਬਲਜੀਤ ਸਿੰਘ ਜੀ ਚੰਦੂਮਾਜਰਾ, ਮਹਿਲ ਸਿੰਘ ਜੀ ਬਲਵੇੜਾ, ਜਗਦੀਪ ਸਿੰਘ ਜੀ ਸਾਬਕਾ ਚੇਅਰਮੈਨ ਸਾਹਿਬ, ਸੁਰਿੰਦਰ ਸਿੰਘ ਜੀ ਮਹੋਣ, ਰਿੰਪਲ ਸਿੰਘ ਜੀ ਪੰਜ ਰਾਥਾਂ, ਦਲਜੀਤ ਸਿੰਘ ਜੀ ਰਿੰਪਲ ਪੰਜ ਰਾਥਾਂ, ਪ੍ਰਧਾਨ ਬਾਬਾ ਦੀਪ ਸਿੰਘ ਜੀ ਦਲ ਪੰਜਾਬ, ਲਖਵੀਰ ਸਿੰਘ ਜੀ ਲੱਕੀ ਕਪੂਰੀ, ਗੁਰਧਿਆਨ ਸਿੰਘ ਜੀ ਪਾਨੜੀ ਸੀਨੀਅਰ ਅਕਾਲੀ ਆਗੂ, ਹਰਜਿੰਦਰ ਸਿੰਘ ਜੀ ਕਾਲਾ ਬਲਾਕ ਸਮਿਤੀ ਮੈਂਬਰ, ਹਰਜਿੰਦਰ ਸਿੰਘ ਜੀ MLA ਜਿਨ੍ਹਾਂ ਦੀ ਹਾਜ਼ਰੀ ਮੇਜਰ ਸਿੰਘ ਅਤੇ ਖੇੜਕੀ ਸਾਹਿਬ ਨੇ ਲਵਾਈ ਹੈ, ਜਸਵੀਰ ਸਿੰਘ ਜੀ ਜੱਸਾ ਕਰਾਹਲੀ, ਬਾਬਾ ਜੀ ਜੋ ਬਲਵੇੜੇ ਵਾਲੇ ਗੁਰੂ ਘਰ ਤੋਂ ਜਿਨ੍ਹਾਂ ਨੇ ਕੀਰਤਨ ਕੀਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹਰਜਿੰਦਰ ਸਿੰਘ ਜੀ ਤੋਂ ਗੜੀ ਸਾਹਿਬ, ਵਿੱਕੀ ਰਿਆਜ, ਪ੍ਰਧਾਨ ਜੋਤ ਅਕਾਲੀਦਾਰ, ਪਵਨ ਕੁਮਾਰ ਸ਼ਰਮਾ, ਪਵਨ ਕੁਮਾਰ ਲਾਗਰਾ ਜੀ, ਅਤੇ ਹੁਣ ਮੈਂ ਬੇਨਤੀ ਕਰੂੰਗਾ ਇੱਕ ਮਿੰਟ ਵਾਸਤੇ ਰਾਮਪਾਲ ਸਿੰਘ ਜੀ ਹਰੀਕਾ ਕਿ ਉਹ ਆਪਣੇ ਬਹੁਤ ਘੱਟ ਹੈ ਔਰ ਮੈਂ ਸਮੇਂ ਦੀ ਰਿਜਾਕਟ ਨੂੰ ਪਛਾਣਦਾ ਹੋਇਆ ਜ਼ਿਆਦਾ ਬੋਲਾਂਗਾ ਵੀ ਨਹੀਂ। ਸਤਿਗੁਰਾਂ ਦਾ ਇੱਕ ਵਾਕ ਹੈ ਕਿ ਕਲਯੁੱਗ ਦੇ ਵਿੱਚ ਬਹੁਤ ਘੱਟ ਐਸੀਆਂ ਮਾਤਾਵਾਂ ਨੇ ਜੋ ਪਾਵਨ ਪਵਿੱਤਰ ਜੀਵਨ ਜਿਉਂ ਕੇ ਅਤੇ ਆਪਣੀ ਫੁਲਵਾੜੀ ਨੂੰ ਪਾਵਨ ਪਵਿੱਤਰ ਜੀਵਨ ਜਿਉਣ ਦੀ ਸੇਧ ਦਿੰਦੀਆਂ। ਸਤਿਗੁਰੂ ਜੀ ਕਹਿੰਦੇ ਨੇ ਕਿ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾ। ਬਹੁਤ ਜ਼ਿਆਦਾ ਮਾਤਾਵਾਂ ਐਸੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਸੱਚ ਦੀ ਸੇਧ ਨਹੀਂ ਦੇ ਸਕਦੀਆਂ, ਪਰ ਮਾਤਾ ਮਸਤਾਨ ਕੌਰ ਜੀ ਦਾ ਜੀਵਨ ਜੋ ਪਿਛਲੇ ਕੁਝ ਸਮੇਂ ਵਿੱਚ ਅਸੀਂ ਉਸਨੂੰ ਪਰਖਿਆ ਹੈ, ਬੇਟੀ ਦਾ ਵਿਆਹ ਸੀ ਜਿਸ ਵੇਲੇ ਮਾਤਾ ਜੀ ਨੂੰ ਕੁਝ ਕਹਿੰਦੇ ਅਸੀਂ ਕੁਝ ਕਰਨਾ, ਮਾਤਾ ਜੀ ਦੀ ਤਾੜਨਾ ਅਸੀਂ ਕੁਝ ਨਹੀਂ ਕਰਨਾ, ਅਸੀਂ ਕੁਝ ਨਹੀਂ ਲੈਣਾ, ਕੁਝ ਵੀ ਖਰਚਾ ਨਹੀਂ ਕਰਨਾ, ਕੋਈ ਨਜਾਇਜ਼ ਕਰਮ ਨਹੀਂ ਕਰਨਾ। ਉਹਨਾਂ ਨੇ ਸਿੱਖੀ ਨੂੰ ਮੁੱਖ ਰੱਖ ਕੇ ਹਰ ਇੱਕ ਕਰਮ ਨੂੰ ਕਦਮ ਨੂੰ ਅੱਗੇ ਰੱਖ ਕੇ ਉਹਨਾਂ ਨੇ ਇਹ ਜਿਹੜਾ ਕਾਰਜ ਸੀ ਉਸਨੂੰ ਸਫਲਾ ਕੀਤਾ ਹੈ। ਸ਼ਾਇਦ ਉਹਨਾਂ ਦਾ ਇਹ ਵਿਚਾਰਿਆਂ ਦਾ ਇੱਕ ਅੰਤਮ ਕਾਸ਼ ਸੀ ਜੋ ਉਹ ਪੂਰੀ ਕਰਕੇ ਗਏ। ਸੋ ਮਾਤਾ ਜੀ ਦਾ ਜੀਵਨ ਇੱਕ ਮਹਾਨ ਜੀਵਨ ਹੈ। ਉਹਨਾਂ ਦਾ ਜਨਮ ਵੀ ਉਸ ਵੇਲੇ ਹੋਇਆ ਸੀ ਜਿਸ ਵੇਲੇ ਪੂਰੀ ਕ੍ਰਾਂਤੀ ਦੀ ਲਹਿਰ ਇਸ ਦੌੜ ਰਹੀ ਸੀ ਤੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਹੀ ਉਪਰਾਲੇ ਕੀਤੇ ਹੋਏ ਸਨ ਤੇ ਬੜੇ ਬੜੇ ਇਜਲਾਸ ਚੱਲਦੇ ਸੀ। ਉਹਨਾਂ ਦੀ ਕ੍ਰਾਂਤੀ ਦੇ ਵਿੱਚ ਬਹੁਤ ਸਾਰੇ ਨੌਜਵਾਨ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ। ਉਸ ਵੇਲੇ ਮਾਤਾ ਜੀ ਨੇ ਜਨਮ ਲਿਆ, ਪਰ ਉਹਨਾਂ ਨੇ ਜਨਮ ਲੈ ਕੇ ਜੋ ਸਿੱਖੀ ਨੂੰ ਪਾਲਿਆ ਤੇ ਆਪਣੇ ਬੱਚਿਆਂ ਨੂੰ ਸਿੱਖੀ ਵੰਡੀ, ਇਹ ਉਹਨਾਂ ਦਾ ਇੱਕ ਮਹਾਨ ਕਰਮ ਹੈ। ਉਹਨਾਂ ਦੇ ਜਾਣ ਦਾ ਇੱਕ ਬਹੁਤ ਵੱਡਾ ਘਾਟਾ ਹੈ, ਇਹ ਘਾਟਾ ਕਦੇ ਵੀ ਨਾ ਪੂਰਾ ਹੋਣ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਇਹ ਘਾਟਾ ਉਸ ਪਰਿਵਾਰ ਵਿੱਚ ਮਾਤਾ ਨੂੰ ਲਈ ਦੇ ਉਹ ਹੀ ਪੂਰਾ ਕਰ ਸਕਦੇ ਨੇ, ਉਹ ਉਹਨਾਂ ਦੇ ਵਿੱਚ ਹੋਰ ਸੇਵਾ ਕਰਨ ਤਾਂ ਜੋ ਮਾਤਾ ਦਾ ਨਾਮ ਹੋਰ ਵੀ ਉੱਚਾ ਹੋ ਸਕੇ। ਇੰਨਾ ਕੁਝ ਕਹਿੰਦਾ ਹੋਇਆ ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਿੰਦਰ ਸਿੰਘ ਜੀ ਚਾਰ IPS DIG ਸਾਹਿਬ ਜੀ ਨੂੰ ਜੋ ਪਰਿਵਾਰ ਦੇ ਮੈਂਬਰ ਨੇ ਉਹ ਆ ਕੇ ਸੰਗਤਾਂ ਦਾ ਧੰਨਵਾਦ ਕਰਨਗੇ ਤੇ ਲੰਗਰ ਦੇ ਵਾਸਤੇ ਬੇਨਤੀ ਕਰਨਗੇ। ਮੈਂ ਮਾਫ਼ੀ ਚਾਹੂੰਗਾ ਪਰਮੀਤ ਬਾਣੀ, ਹਰਦੀਪ ਸਿੰਘ ਜੀ ਸਨੌਰ ਲਾਲੀ ਹਰਿਆਲੀ, ਕੁਲਵੰਤ ਸਿੰਘ ਜੀ ਜਗਵਾਣੀ, ਨੀਲ ਕਮਲ ਜਨੇਜਾ, ਰਾਜਕੁਮਾਰ ਰਾਣਾ ਜੀ ਸਰਪੰਚ ਸ਼ੇਖਪੁਰਾ, ਜਤਿੰਦਰ ਸਿੰਘ ਜੀ ਮਿੰਟੂ। ਮੈਂ ਹੁਣ ਬੇਨਤੀ ਕਰਦਾ ਹਰਿੰਦਰ ਸਿੰਘ ਜੀ ਚਹਿਲ ਸਾਹਿਬ ਨੂੰ ਕਿ ਆ ਕੇ ਸੰਗਤਾਂ ਦਾ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦੇ ਵਿੱਚ ਬੈਠੀ ਸਾਧ ਸੰਗਤ, ਦੋਸਤ ਮਿੱਤਰ ਰਿਸ਼ਤੇਦਾਰ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੋਂ ਪਹਿਲਾਂ ਸਾਰੇ ਹੀ ਬੋਲਣ ਵਾਲਿਆਂ ਨੇ ਇਸ ਪਰਿਵਾਰ, ਸਾਡਾ ਪਰਿਵਾਰ ਹੈ, ਸਾਡੀ ਮਾਤਾ ਜੀ ਹੈ, ਇਹਤੋਂ ਪਤਾ ਲੱਗਦਾ ਵੀ ਇਹ ਪਰਿਵਾਰ ਕਿੰਨਾ ਅੱਛਾ ਸੀ। ਮਾਤਾ ਜੀ ਕਿੰਨੇ ਅੱਛੇ ਸੀ ਵੀ ਹਰ ਇੱਕ ਆਪਣਾ ਉਹਨਾਂ ਨੂੰ ਕਹਿਣਾ ਚਾਹੁੰਦਾ। ਮੇਰਾ ਵੀ ਇਸ ਪਰਿਵਾਰ ਨਾਲ ਬਾਗਿਆਂ ਤੋਂ ਵਾਹ, ਯਾਦਵਿੰਦਰ ਸਿੰਘ ਹੋਰੇ, ਪ੍ਰਦੀਪ ਹੋਰੇ, ਇਹਨਾਂ ਨੂੰ ਬਹੁਤ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜਿੱਥੇ ਇਹਨਾਂ ਨੇ ਆਪਣੀ ਤਰੱਕੀ ਕੀਤੀ ਹੈ ਸਿਰੇ ਦੀ, ਆਪਣੇ ਪਰਿਵਾਰ ਨੂੰ ਤੁਰ ਲੈ ਗਏ, ਉੱਥੇ ਸਮਾਜ ਦੇ ਵਿੱਚ ਅੱਜ ਮੈਂ ਜੇ ਦੇਖਾਂ ਜਿੰਨੇ ਵੀ ਤੁਸੀਂ, ਮੈਨੂੰ ਵੀ ਤੁਸੀਂ 50 ਸਾਲ ਹੋ ਗਏ ਪਟਿਆਲੇ ਦੇ ਵਿੱਚ, ਜਿੰਨੇ ਤੁਸੀਂ ਪਟਿਆਲੇ ਦੇ ਸਿਰ ਕੱਢਦੇ ਮਿੱਤਰ ਲੋਕ ਹੋ ਜਾਂ ਅੱਛੇ ਲੋਕ ਹੋ, ਉਹ ਸਾਰੇ ਹੀ ਤਕਰੀਬਨ ਇਸ ਅੰਤਮ ਸੰਸਥਾਪਨ ਅਰਦਾਸ ਦੇ ਵਿੱਚ ਤੁਹਾਨੂੰ ਮੈਂ ਦੇਖ ਰਿਹਾ ਹਾਂ।
तो पता लगता जी माता जी ने किन्ने वधिया संस्कार टाइम कट के आया करो ताकि परिवार को पता लगे मिल के जाया गया उन लोग मेरे आए हैं मिल के भी नहीं गए कि लोग पहले किता बना दिखा के मत्था टेक लिया जो मैंने देख लिया भी हाल जी लवाई ऐ ना करा करिए तो जिंदगी चौरासी लख तो बाद मिलती है किसी के प्यारे माता जी तुरे जाए दिल का टुकड़ा तुरा किसी का उन्होंने जरूर दो बोल समझे करके जाया करो ये ठीक है जिन्हों ने वापस नहीं आ जाना पर इन्होंने गुण जो परिवार के दिते है उस करके इन्हें हथ प्यारे जुड़े रहते हैं अच्छ लौड़ है सच्ची गल कि साढ़े पंजाब कि खुदकुशियां हो रही ने कि बेरोजगारी हो रही है घाण हो पाया पंजाब का सारा लोगों को पता तो सरकार कसम खवा रही है पता नहीं कसम का की हाल हो गया की नहीं होगा पर मैं कहना चाहना साढ़िया मातावान दूसरिया भैन बैठिया आप बेचारियां तो इन्हों से सारी जिम्मेवारी पा दें साधी अपने भी जिम्मेवारी लगती है कि घट्टो घट तुम जब आप चंगे बनीए जे आप असं दारू नहीं पीवे नशे नहीं करा बच्चों अच्छी शिक्षा देवे तो बच्चे कितों कल चले जाएंगे अच्छे स्कूल च विद्या लैंगे माता ने तो शिक्षा देनी होंगी है मैनू लगता कि माता ही होगी जी अपने बच्चों भैं लायक लगा प्यो देखना चाहिए होगी हर माता चाहती है मेरा बच्चा लायक लाए पर सारा कुछ जो बच्चा परिवार को देखना है जे असि मैं प्रिंसिपल रविंदर सिंह मैं अपने बच्चों सामने अपनी पत्नी को क्यों सवेरे उठे मत्था नहीं देखता अपने पिता जी को माता जी को सत श्रीकाल जी घर के बुलाते तो बच्चों ने यही शिक्षा देनी है माता जी को सलाम है सलूट है मेरा यह जी माता जी ने यह जहा परिवार दिता है जरा जरा भी इन्होंने कदीपुरा मिलता है यादविंदर वालों जंगुरा मिलता है वो उन्होंने अपना बना लेना जिंदगी बड़ी छोटी है अगे तो यह सी जिंदा नून खा लिया अभी नून हरा नहीं खा अभी सारा जो ला दें घरे चलिए जो उन्हें माँ प्यो का जिगरा देखा करो जिन्होंने पढ़ा लिखा के उन्होंने पुतों ने बच्चों ने माँ प्यो की सेवा करनी थी बेशक वो दादर ने मजबूरी है जाना पैदा इतने साधन नहीं है एड्डी दूर जाके रहते हैं तो उत्तर कई बार तो मैं देखे संस्कार पर भी पहुंचा जाता उन्होंने लोगों को भोग पर भी नहीं आ जाता अपने सेवियां की राख अपने माता पिता भी छोड़ते हैं तो मैं बहुत कुछ कह गया इन्होंने छोटिया गलों छोटी जी गलों के तो मैं चाहता यह जी माता हर घर घर के हो परमात्मा करे ने अपने चरणा चलवास दे पर इन्हों की सोच हर परिवार हो कि असी अपने परिवार को अपने पंजाब को अपने देश में सोहना बना सकी घटो घट जो होर अपना सिक्ख्या दे जाने आप अभी सच्चे हुई है मैं निकी जी घटना सुना के मैं गल खत्म कर लग्या ताजी सी कल घटनावान तो रोज ही होंगे मैनू किसी ने मैसेज भेजता टेलीफोन के अजकल फेसबुक का जमाना है इंटरनेट का जमाना है अखबारों उपर भी हो रहा है सरहद इलाके मैं किन्ने साल सेवा की है बड़ा समय कह सकता मैं किसी ने आजादी आन दी हो पता ना लगे उसकी गल है किसी को रिश्वत नहीं हुई ता ही मैंने दोस्त मित्र प्यार कर रहे हैं ता ही मैं अपना परिवार चला बनवाए इस करके दोस्तों अच्छा सत्संग हो कोई भी मुलाजम हो मुलाजमान भी चाहिए क्योंकि पंजी अंग मुलाजम नहीं होंगे एक अद्धी जारी कोई टिप्पणी मैं बहुत धन्यवाद हरिंदर सिंह जी चहल साहब डी आई जी साहब का जिन्होंने अपने बड़मोले विचार संगत साझे किए मैं माफी चाहूंगा नौजवान वाकई हुणे हुणे हाजरी लवा रहे ने राणा जी चेयरमैन मार्क साइड उन्हां दा भी जी आखदे आ धन्नवाद का खालसा वाहिगुरू
ਮੇਰੇ ਉਸੇ ਅੰਦਰਲੇ ਕੱਢ ਦਿੰਦਾ।